ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਾਹਿਤ ਦੋਨੋਂ ਨਾਲ ਜੁੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸੋਤਿਓ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਮੇਰੇ ਨਾਲ ਪ੍ਰੋਗਰਾਮ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ, ਸਵਾਗਤ ਹੈ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ ਰੇਡੀਓ ਸਟੇਸ਼ਨਾਂ ਨਾਲ ਆਈਫੋਨ ਐਂਡਰਾਇਡ ਦੀ ਐਪ ਨਾਲ ਟੈਲੀਫੋਨ 'ਤੇ ਫੇਸਬੁੱਕ 'ਤੇ ਘਰਾਂ ਦੇ ਵਿੱਚ ਜੁੜੇ ਹੋਏ ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਅਗਸਤ ਦੀ 17 ਤਰੀਕ ਆ ਅਤੇ ਦਿਨ ਸ਼ੁੱਕਰਵਾਰ ਆ। ਸਰੋਤਿਓ ਦੱਸਾਂਗੇ ਕੀ ਕੁਛ ਚੱਲ ਰਿਹਾ ਅਮਰੀਕਾ ਭਰ ਦੇ ਵਿੱਚ, ਉਸਦੇ ਬਾਰੇ ਜਾਣਕਾਰੀ ਦੇਵਾਂਗੇ ਪ੍ਰੋਗਰਾਮ ਦੇ ਜ਼ਰੀਏ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪੋਂਸਰਸ, ਉਹਨਾਂ ਦਾ ਧੰਨਵਾਦ ਕਰਦੇ ਹਾਂ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰੋ ਨੰਬਰ 408-272-2500 ਦੇ ਉੱਤੇ। ਇਸ ਦੇ ਨਾਲ ਨਾਲ ਸੰਤੋਖ ਸਿੰਘ, ਪਰਮਜੀਤ ਕੌਰ ਬਾਸੀ ਫਰੀਮੌਂਡ, ਨਰਜੀਤ ਸਿੰਘ, ਕੁਲਵੰਤ ਕੌਰ ਪੱਡਾ ਰੋਜ਼ਵੈਲ, ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ ਕਲੋਵਿਸ, ਬਿੰਦਰ ਧਾਲੀਵਾਲ ਬੇਕਰਸਫੀਲਡ, ਜਰਨੈਲ ਸਿੰਘ ਜੌਹਲ ਲਿਨਵੁੱਡ, ਗੁਰਚਰਨ ਸਿੰਘ ਬੇਕਰਸਫੀਲਡ, ਸਟੋਨ ਕ੍ਰੀਕ ਪਾਰਕ ਬੇਕਰਸਫੀਲਡ ਵਾਲੇ ਬਜ਼ੁਰਗ, ਦਰਸ਼ਨ ਸਿੰਘ ਸੇਖੋਂ ਬੇਕਰਸਫੀਲਡ, ਬੀਸਲਾ ਪਰਿਵਾਰ ਫਰੈਜ਼ਨੋ, ਅਮਰਜੀਤ ਸਿੰਘ ਸਟੋਕਟਨ, ਕਰਨੈਲ ਸਿੰਘ ਰੰਧਾਵਾ ਸੈਕਰਾਮੈਂਟੋ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪੋਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-9698 ਦੇ ਉੱਤੇ ਜੀ। ਅਤੇ ਅੱਜ ਦੀ ਸਭ ਤੋਂ ਪਹਿਲੀ ਖਬਰ ਵੱਲ ਆਈਏ। ਪ੍ਰੈਜੀਡੈਂਟ ਟਰੰਪ ਜਿਹੜੇ ਆ ਉਹ ਸੋਚ ਰਹੇ ਸੀ ਵੀ ਜਿਹੜਾ ਇਸ ਵਾਰੀ ਵੈਟਰਨਸ ਡੇ ਹੋਊਗਾ ਉਹਦੇ ਉੱਤੇ ਜਿਹੜੀ ਆ US ਦੇ ਵਿੱਚ ਮਿਲਟਰੀ ਪਰੇਡ ਕੀਤੀ ਜਾਵੇ। ਉਹਦੇ ਸੰਬੰਧ ਦੇ ਵਿੱਚ ਜਦੋਂ ਵਾਈਟ ਹਾਊਸ ਨੇ ਐਸਟੀਮੇਟ ਲਾਇਆ ਸੀ, ਉਹਨਾਂ ਨੇ ਇਹ ਲਾਇਆ ਸੀ ਵੀ $50 ਮਿਲੀਅਨ ਦੇ ਕਰੀਬ ਜਿਹੜਾ ਖਰਚਾ ਹੋਊਗਾ, ਪਰ ਜਦੋਂ ਹੁਣ ਫਾਈਨਲੀ ਸਾਰਾ ਉਹਨੂੰ ਫਿਗਰ ਆਊਟ ਕੀਤਾ ਗਿਆ ਅਤੇ ਉਹ ਕਹਿੰਦੇ ਵੀ ਜਿਹੜਾ ਖਰਚਾ ਆ ਉਹ ਲਗਭਗ $92 ਮਿਲੀਅਨ ਹੋ ਸਕਦਾ ਹੈਗਾ, ਮੋਰ ਦੈਨ ਡਬਲ ਹੋ ਸਕਦਾ ਹੈਗਾ। ਅਤੇ ਫਸਟ ਟਾਈਮ ਜਦੋਂ ਸੁਜੈਸਟ ਕੀਤਾ ਸੀ ਉਹਦੇ ਨਾਲੋਂ 3 ਟਾਈਮ ਜ਼ਿਆਦਾ ਹੋ ਸਕਦਾ। ਸੋ ਉਸ ਕਰਕੇ ਪ੍ਰੈਜੀਡੈਂਟ ਟਰੰਪ ਨੇ ਅੱਜ ਕਿਹਾ ਵੀ ਇਹ ਜਿਹੜੀ ਪਰੇਡ ਆ ਆਪਾਂ ਇਸ ਸਾਲ ਨਹੀਂ ਕਰਾਂਗੇ। ਇਹਦਾ ਰੀਜ਼ਨ ਉਹਨਾਂ ਨੇ ਇਹ ਦੱਸਿਆ ਵੀ ਜਿਹੜੇ ਵਾਸ਼ਿੰਗਟਨ DC ਦੇ ਲੋਕਲ ਪੋਲੀਟੀਸ਼ੀਅਨ ਆ ਉਹਨਾਂ ਨੇ ਪ੍ਰਾਈਸ ਗੌਜਿੰਗ ਕੀਤੀ ਆ ਵੀ ਉਹ ਜਿਹੜੀਆਂ ਪ੍ਰਾਈਸਾਂ ਵਧਾਈਆਂ ਹੈਗੀਆਂ ਜੋ ਵੀ ਸਰਵਿਸਿਜ਼ ਹੋਣੀਆਂ ਹੈਗੀਆਂ ਆ ਜੀ। ਜੀ ਬਿਲਕੁਲ, ਉਹਨਾਂ ਨੇ ਨਾਲ ਹੀ ਰਾਸ਼ਟਰਪਤੀ ਟਰੰਪ ਨੇ ਇਹ ਸਾਰਾ ਦੋਸ਼ ਜਿਹੜਾ DC ਦੇ ਅਫੀਸ਼ੀਅਲ ਉਹਨਾਂ ਦੇ ਮੇਅਰ ਜਿਹੜਾ ਹੈਗਾ ਆ ਉਸ ਦੇ ਉੱਤੇ ਵੀ ਲਾਇਆ ਆ। ਕਈ ਜਗ੍ਹਾ ਦੇ ਉੱਤੇ ਜਿਹੜਾ ਇਹ ਤਰਕ, ਕਈ ਜਗ੍ਹਾ ਦੇ ਉੱਤੇ ਜਿਹੜੇ ਲੋਕ ਆ, ਦੇਖੋ ਆਪੋ ਆਪਣੀ ਜਿਹੜੀ ਗੱਲ ਉਹ ਰੱਖਦੇ ਆ, ਕਹਿੰਦੇ ਉਹ ਬੰਦਾ ਆ ਜਿਹਨੇ ਜਦੋਂ ਵਾਰ ਸੀਗੀ ਆਪਣੇ ਆਪ ਨੂੰ ਮਿਲਟਰੀ ਡਰਾਫਟ ਤੋਂ ਕਿੰਨੀ ਵਾਰੀ ਬਚਾਇਆ, ਅਤੇ ਕਹਿੰਦੇ ਚੰਗੀ ਗੱਲ ਹੈ ਅਜਿਹੇ ਬੰਦੇ ਲਈ ਮਿਲਟਰੀ ਦੀ ਪਰੇਡ ਜਿਹੜੀ ਹੋਣੀ ਨਹੀਂ ਚਾਹੀਦੀ। ਅਮੂਮਨ ਅਮਰੀਕਾ ਦੇ ਵਿੱਚ ਮਿਲਟਰੀ ਪਰੇਡ ਦਾ ਬਹੁਤ ਘੱਟ ਜਿਹੜਾ ਰਿਵਾਜ ਹੈਗਾ ਆ, ਅਤੇ ਇੱਥੇ ਇਹ ਰਾਸ਼ਟਰਪਤੀ ਟਰੰਪ ਨੇ ਉਦੋਂ ਇਹ ਗੱਲ ਆਖੀ ਸੀ ਜਦੋਂ ਪਿਛਲੇ ਸਾਲ ਜਦੋਂ ਫਰਾਂਸ ਦੇ ਵਿੱਚ ਉੱਥੋਂ ਦੀ ਜਿਹੜਾ ਬੈਸਟਿਲ ਡੇ ਦੇ ਉੱਤੇ ਉਹਨਾਂ ਦੀ ਜਿਹੜੀ ਮਿਲਟਰੀ ਪਰੇਡ ਸੀ ਉਸਨੂੰ ਦੇਖ ਕੇ ਆਏ ਸੀ, ਅਤੇ ਉਦੋਂ ਉਹਨਾਂ ਨੇ ਕਿਹਾ ਸੀ ਵੀ ਹਾਂ ਇੱਦਾਂ ਦਾ ਕੁਛ ਨਾ ਕੁਛ ਇੱਥੇ ਹੋਣਾ ਚਾਹੀਦਾ ਆ, ਉਦੋਂ ਫਿਰ ਦੇਖਿਆ ਗਿਆ ਸੀ। ਸੋ ਹਾਲ ਦੀ ਘੜੀ ਉਹਨਾਂ ਨੇ ਜਿਹੜਾ ਆ ਇਹ ਕਹਿੰਦੇ ਵੀ ਜਿਹੜੀ ਮਿਲਟਰੀ ਪਰੇਡ ਦੀ ਬਹੁਤ ਜ਼ਿਆਦਾ ਖਰਚਾ ਹੋਣ ਦੇ ਕਰਕੇ ਜਿਹੜਾ ਇਸ ਨੂੰ ਜਿਹੜਾ ਉਹਨਾਂ ਨੇ ਕੈਂਸਲ ਕਰ ਦਿੱਤਾ ਹੈ, ਅਤੇ ਲੋਕਲ ਪੋਲੀਟੀਸ਼ੀਅਨਸ ਦੇ ਉੱਤੇ ਸਾਰਾ ਦੋਸ਼ ਜਿਹੜਾ ਆ ਉਹ ਮੜਿਆ ਆ। ਸੋ ਹੋ ਸਕਦਾ ਆ ਵੀ ਇਹ ਅਗਲੇ ਸਾਲ ਜਿਹੜੀ ਆ ਉਹ ਹੋ ਜਾਵੇ। ਹੁਣ ਉਹਨਾਂ ਨੇ ਡਿਲੇਅ ਕੀਤੀ ਆ, ਪੱਕੀ ਕੈਂਸਲ ਨਹੀਂ ਕੀਤੀ। 2019 ਤੱਕ ਜਿਹੜਾ ਡਿਪਾਰਟਮੈਂਟ ਆਫ ਡਿਫੈਂਸ ਦੇ ਕਹਿਣ ਮੁਤਾਬਕ ਆ ਵੀ ਡਿਲੇਅ ਕਰ ਦਿੱਤੀ ਗਈ ਆ। ਸੋ ਹੋ ਸਕਦਾ ਵੀ ਜਦੋਂ ਅਗਲੀਆਂ ਇਲੈਕਸ਼ਨਸ ਆਉਣੀਆਂ ਆ 2020 ਦੀਆਂ ਜਾਂ ਉਸ ਸਾਲ ਦੇ ਵਿੱਚ ਜਾਂ ਉਸ ਤੋਂ ਅਗਲੇ ਜਿਹੜਾ ਅਗਲਾ ਸਾਲ ਇਹ ਹੋਣਾ ਇਹ 2019 ਆ ਉਸ ਦੇ ਵਿੱਚ ਹੋ ਜਾਣ। ਸੋ ਬਿਲਕੁਲ ਗੱਲ ਤੁਹਾਡੀ ਸਹੀ ਆ। ਅਮੈਰੀਕਾ ਵਾਲੇ ਜਦੋਂ ਵੀ ਕਦੇ ਵੀ ਉਹ ਟਰਾਈ ਨਹੀਂ ਕਰਦੇ ਹੈਗੇ ਵੀ ਆਪਾਂ ਜਿਹੜੀ ਮਿਲਟਰੀ ਦੀ ਪਰੇਡ ਕੀਤੀ ਜਾਵੇ, ਪਰ ਜਦੋਂ ਵੀ ਕਿਤੇ ਲੜਾਈ ਲੱਗਦੀ ਆ ਤੇ ਉਹ ਇਦਾਂ ਦਾ ਇਕਵਿਪਮੈਂਟ ਕੱਢਦੇ ਆ ਜਿਹੜਾ ਦੁਨੀਆ ਨੇ ਕਦੇ ਦੇਖਿਆ ਨਾ ਹੋਵੇ, ਤੇ ਆਪਣਾ ਪ੍ਰਾਣ ਬਾਕੀਆਂ ਨੂੰ ਜਿਹੜਾ ਉਹ ਵੇਚਦੇ ਆ। ਜਿਸ ਤਰ੍ਹਾਂ ਪਿਛਲੇ ਦੇਖਿਆ ਆ ਵੀ ਜਦੋਂ ਬਿਨ ਲਾਦਨ ਨੂੰ ਇਹ ਫੰਡ ਗਏ ਸੀ ਤੇ ਉਹ ਪਹਿਲੀ ਵਾਰੀ ਦੁਨੀਆ ਨੇ ਦੇਖੇ ਵੀ ਜਿਹੜੇ ਹੈਲੀਕਾਪਟਰ ਸੀ ਉਹ ਬਿਨਾ ਸਾਊਂਡ ਤੋਂ ਸੀਗੇ। ਬਿਲਕੁਲ ਬਿਲਕੁਲ ਜੀ ਜੀ ਜੀ। ਅਗਲੀ ਜਿਹੜੀ ਆਪਾਂ ਹਰਜੋਤ ਸਿੰਘ ਜੀ ਖਬਰ ਉਸ ਦੇ ਉੱਤੇ ਨਜ਼ਰ ਮਾਰਦੇ ਹਾਂ, ਜਿਹੜੇ ਕੱਲ੍ਹ ਪਰਸੋਂ ਦੀ ਜਿਹੜੀ ਖਬਰ ਆ ਵੀ CIA ਦੇ ਜਿਹੜੇ ਸਾਬਕਾ ਮੁਖੀ ਰਹੇ ਨੇ ਉਹਨਾਂ ਦਾ ਜਿਹੜਾ ਇਹਨਾਂ ਨੇ ਸਿਕਿਉਰਿਟੀ ਕਲੀਅਰੈਂਸ ਜਿਹੜੀ ਰਿਵੋਕ ਕੀਤੀ ਆ, ਉਸ ਦੇ ਬਾਬਤ ਜਿਹੜੇ ਬਾਕੀ ਹੋਰ ਸਾਬਕਾ CI ਦੇ ਜਿਹੜੇ ਰਹੇ ਨੇ ਮੁਖੀ ਅਤੇ ਜਿਹੜੇ ਡੈਪਟੀ ਡਾਇਰੈਕਟਰਸ ਰਹੇ ਨੇ ਅਤੇ ਹੋਰ ਕਈ ਜਿਹੜੇ ਫੌਜ ਦੇ ਵਿੱਚ ਰਹੇ ਨੇ ਉਹਨਾਂ ਨੇ ਇਸ ਚੀਜ਼ ਦੀ ਜਿਹੜੀ ਨਿੰਦਾ ਕੀਤੀ ਆ ਵੀ ਰਾਸ਼ਟਰਪਤੀ ਟਰੰਪ ਨੂੰ ਇਸ ਤਰੀਕੇ ਦੇ ਨਾਲ ਜਿਹੜਾ ਨਹੀਂ ਸੀ ਕਰਨਾ ਚਾਹੀਦਾ। ਕਹਿੰਦੇ ਵੀ ਜਿਹੜੀ ਪੋਲੀਟੀਕਲ ਵੈਂਜੈਂਸ ਕੀਤੀ ਹੈ, ਜਿਹੜਾ ਰਾਜਨੀਤਿਕ ਇੱਕ ਹਿਸਾਬ ਦੇ ਨਾਲ ਖੇਡ ਜਿਹੜੀ ਉਹਨਾਂ ਨੇ ਕੱਢੀ ਆ, ਇਹ ਚੰਗੀ ਗੱਲ ਜਿਹੜੀ ਨਹੀਂ ਹੈਗੀ ਆਉਣ ਵਾਲੇ ਸਮੇਂ ਦੇ ਲਈ।
ਇਹ ਕਹਿ ਲਓ ਵੀ ਇੱਕ ਗਲਤ ਪਿਰਤ ਜਿਹੜੀ ਆ ਉਹ ਪਾ ਕੇ ਜਾਂਦੀ ਆ। ਸੋ ਬਹੁਤ ਸਾਰੇ ਲੋਕ ਜਿਹੜੇ ਆ ਇਹ ਸੋਚਦੇ ਹੋਣਗੇ ਵੀ ਕਿੱਦਾਂ ਆ ਕਿਵੇਂ ਆ, ਪਰ ਉਹਨਾਂ ਨੇ ਰਸ਼ੀਅਨ ਜਿਹੜੀ ਇਨਵੈਸਟੀਗੇਸ਼ਨ ਦੇ ਚੱਲਦਿਆਂ ਇਹ ਜਿਹੜਾ ਕਿਹਾ ਸੀਗਾ ਵੀ ਇਹਨਾਂ ਦਾ ਜਿਹੜਾ ਰੋਲ ਆ ਉਸ ਦੇ ਵਿੱਚ ਬਹੁਤ ਮਾੜਾ ਸੀਗਾ, ਇਸ ਕਰਕੇ ਜਿਹੜਾ ਆ ਮੈਂ ਇਹਨਾਂ ਦੀ ਜਿਹੜੀ ਨੈਸ਼ਨਲ ਸਿਕਿਉਰਿਟੀ ਕਲੀਅਰੈਂਸ ਆ ਉਸ ਨੂੰ ਰਿਵੋਕ ਕਰ ਰਿਹਾ, ਉਸ ਨੂੰ ਵਾਪਸ ਲੈ ਰਿਹਾ ਹੈਗਾ ਆ। ਸੋ ਦੇਖਦੇ ਹਾਂ ਵੀ ਇਸ ਪ੍ਰੈਸ਼ਰ ਦੇ ਚੱਲਦੇ ਹਾਂ ਕਿ ਇਹ ਜਿਹੜੀ ਰਿਵੋਕ ਕੀਤੀ ਸਿਕਿਉਰਿਟੀ ਕਲੀਅਰੈਂਸ ਆ ਉਸ ਨੂੰ ਉਹ ਵਾਪਸ ਬਹਾਲ ਕਰਨਗੇ ਜਾਂ ਨਹੀਂ। ਜੀ, ਅਗਲੀ ਖਬਰ ਵੱਲ ਚੱਲੀਏ। ਜਿਸ ਤਰ੍ਹਾਂ ਕੱਲ੍ਹ ਵੀ ਆਪਾਂ ਦੱਸਿਆ ਸੀ, ਇੱਕ ਬੰਦਾ ਜਿਸ ਦਾ ਨਾਮ ਕ੍ਰਿਸ ਵਾਟਸ ਆ, ਜਿਸ ਨੇ ਆਪਣੇ ਇੱਕ ਵਾਈਫ ਅਤੇ ਦੋ ਬੱਚਿਆਂ ਨੂੰ ਕੋਲੋਰਾਡੋ ਦੇ ਵਿੱਚ ਮਾਰ ਦਿੱਤਾ ਸੀ, ਅੱਜ ਉਸਨੇ ਜਿਹੜੀਆਂ ਪੁਲਿਸ ਅਥਾਰਟੀਜ਼ ਆ ਉਹਨਾਂ ਦੇ ਸਾਹਮਣੇ ਕਨਫੈਸ ਕਰ ਲਿਆ, ਮੰਨ ਲਿਆ ਹੈ ਵੀ ਹਾਂ ਮੈਂ ਹੀ ਜਿਹੜੇ ਆਪਣੀ ਫੈਮਿਲੀ 'ਚ ਆਪਣੀ ਵਾਈਫ ਅਤੇ ਦੋ ਬੱਚਿਆਂ ਨੂੰ ਜਿਹੜਾ ਮਾਰਿਆ ਹੈਗਾ ਹੈ। ਜੀ ਬਿਲਕੁਲ, ਕੱਲ੍ਹ ਦੀ ਇਹ ਘਟਨਾ ਆ ਰਹੀ ਸੀ, ਬਹੁਤ ਹੀ ਘਟਾਉਣਾ ਜਿਹੜਾ ਆ ਇਸ ਬੰਦੇ ਨੇ ਇਹ ਕੰਮ ਕੀਤਾ ਸੀਗਾ। ਆਈ ਥਿੰਕ 33 ਸਾਲ ਹੀ ਇਸਦੀ ਜਿਹੜੀ ਉਮਰ ਹੈਗੀ ਆ, 33-34 ਸਾਲ, ਤਾਂ ਇਸਨੇ ਆਪਣੀ ਗਰਭਵਤੀ ਜਿਹੜੀ ਪਤਨੀ ਅਤੇ ਦੋ ਛੋਟੀਆਂ ਬੱਚੀਆਂ ਜਿਨ੍ਹਾਂ ਦੀ 4 ਸਾਲ ਅਤੇ ਸ਼ਾਇਦ 3 ਸਾਲ ਉਮਰ ਸੀ, ਉਹਨਾਂ ਨੂੰ ਜਿਹੜਾ ਮੌਤ ਦੇ ਘਾਟ ਉਤਾਰ ਦਿੱਤਾ ਸੀਗਾ ਅਤੇ ਬਾਅਦ 'ਚ ਉਹਨਾਂ ਦੀਆਂ ਲਾਸ਼ਾਂ ਜਿਹੜੀਆਂ ਦਫਨਾ ਦਿੱਤੀਆਂ ਸੀ। ਕੱਲ੍ਹ ਵੀ ਇਹੀ ਖਬਰ ਸੀ ਵੀ ਇਸਨੇ ਉਹ ਲਾਸ਼ਾਂ ਦੇ ਬਾਰੇ ਜਿਹੜੀ ਦੱਸਿਆ ਆ ਵੀ ਕਿੱਥੇ ਆ, ਅਤੇ ਆਈ ਥਿੰਕ ਉਸ ਦੀ ਹੁਣ ਉਹਨਾਂ ਦੀ ਜਿਹੜੀ ਜਾਂਚ ਆ ਉਹ ਚੱਲ ਰਹੀ ਆ। ਪਹਿਲਾਂ ਵੇ ਦੇਖੋ ਹਰਜੋਤ ਸਿੰਘ ਜੀ, ਕੱਲ੍ਹ ਵੀ ਆਪਾਂ ਗੱਲ ਕਰ ਰਹੇ ਸੀ, ਉੱਦਾਂ ਕਹੀ ਜਾਂਦਾ ਸੀਗਾ ਵੀ ਮੇਰੀ ਇਹ ਜ਼ਿੰਦਗੀ ਦਾ ਬੜਾ ਵੱਡਾ ਇੱਕ ਹਿੱਸਾ ਨੇ ਇਹ ਜਿਹੜੇ ਪਰਿਵਾਰਕ ਮੈਂਬਰ ਨੇ, ਅਤੇ ਪਤਾ ਨਹੀਂ ਕੀ ਜਿਹੜੇ ਆ ਕਾਰਨ ਹੋਏ ਵੀ ਉਸਨੇ ਇੰਨਾ ਘਨਾਉਣਾ ਹੀ ਜਿਹੜਾ ਕੰਮ ਆ ਉਹ ਕਰ ਦਿੱਤਾ। ਅਗਲੀ ਖਬਰ ਵੱਲ ਚੱਲੀਏ। ਜਿਸ ਤਰ੍ਹਾਂ ਕੱਲ੍ਹ ਆਪਾਂ ਦੱਸਿਆ ਸੀ ਵੀ ਪੈਨਸਲਵੇਨੀਆ ਦੇ ਵਿੱਚ 300 ਤੋਂ ਵੱਧ ਜਿਹੜੇ ਕੈਥੋਲਿਕ ਪ੍ਰੀਸਟ ਆ ਉਹਨਾਂ ਦੇ ਉੱਤੇ ਚਾਰਜਸ ਲਾਏ ਕਿ ਉਹਨਾਂ ਨੇ 1000 ਤੋਂ ਵੱਧ ਬੱਚੇ, ਜਿਨ੍ਹਾਂ ਦੇ ਵਿੱਚ ਮੁੰਡੇ ਵੀ ਸੀ ਲੜਕੀਆਂ ਵੀ ਸੀ, ਜਿਨ੍ਹਾਂ ਨੂੰ ਸੋਸ਼ਲੀ ਜਿਹੜਾ ਆ ਅਬਿਊਜ਼ ਕੀਤਾ, ਕਈਆਂ ਦੇ ਜਿਹੜੇ ਰੇਪ ਵੀ ਹੋਏ ਹੈਗੇ ਆ, ਅਤੇ ਉਸ ਸੰਬੰਧ ਦੇ ਵਿੱਚ ਜਿਹੜੇ ਉੱਥੇ ਦੇ ਡਿਸਟ੍ਰਿਕਟ ਅਟੋਰਨੀ ਸੀਗੇ ਉਹਨਾਂ ਨੇ ਜਿਹੜਾ ਆ ਚਾਰਜਸ ਲਿਆਂਦੇ। 1356 ਪੇਜ ਦੀ ਜਿਹੜੀ ਰਿਪੋਰਟ ਹੈਗੀ ਆ ਉਹ ਵੈਟੀਕਨ ਕੋਲ ਵੀ ਭੇਜੀ ਹੈਗੀ ਆ, ਪੋਪ ਦੇ ਕੋਲ। ਆਪਾਂ ਕੱਲ੍ਹ ਦੱਸਿਆ ਸੀ ਵੀ ਅਜੇ ਤੱਕ ਕੋਈ ਵੈਟੀਕਨ ਵੱਲੋਂ ਜਿਹੜੀ ਆ ਕੋਈ ਵੀ ਖਬਰ ਨਹੀਂ ਆਈ, ਪਰ ਹੁਣ ਜਿਹੜਾ ਵੈਟੀਕਨ ਆ ਉੱਥੋਂ ਜਿਹੜੀ ਇਹ ਖਬਰ ਆਈ ਹੈਗੀ ਆ ਵੀ ਜਿਹੜਾ ਪੋਪ ਆ ਉਹ ਕਹਿੰਦੇ ਵੀ ਜਿੰਨੇ ਵੀ ਵਿਕਟਮਸ ਆ ਮੈਂ ਉਹਨਾਂ ਦੇ ਨਾਲ ਹਾਂ। ਇਹ ਕਹਿੰਦੇ ਵੀ ਅਮੈਰੀਕਾ ਦੀ ਹਿਸਟਰੀ ਦੇ ਵਿੱਚ ਬਹੁਤ ਵੱਡਾ ਇਹ ਜਿਹੜਾ ਘਿਨਾਉਣਾ ਕੰਮ ਆ ਇਹ ਕਾਫੀ ਲੰਮੇ ਸਮੇਂ ਹੁੰਦਾ ਰਿਹਾ, ਜਿਹੜੇ ਪ੍ਰੀਸਟ ਕਰਦੇ ਰਹੇ ਅਤੇ ਜਿਹੜੇ ਉਹਨਾਂ ਦੇ ਉੱਤੇ ਜਿਹੜੇ ਉਹਨਾਂ ਦੇ ਬੌਸ ਸੀਗੇ ਉਹਨਾਂ ਨੇ ਵੀ ਇਸ ਗੱਲ ਨੂੰ ਲੁਕੋ ਰੱਖਿਆ। ਜੀ ਬਿਲਕੁਲ, ਕਈ ਦਿਨਾਂ ਦੇ ਪ੍ਰੈਸ਼ਰ ਤੋਂ ਬਾਅਦ ਦੇ ਵਿੱਚ ਜਿਹੜੇ ਪੋਪ ਫ੍ਰਾਂਸਿਸ ਆ ਉਹ ਹੁਣ ਉਹਨਾਂ ਨੇ ਇਸ ਦੇ ਉੱਤੇ ਜਿਹੜਾ ਆਪਣਾ ਬਿਆਨ ਦਿੱਤਾ ਆ, ਜਿੱਦਾਂ ਤੁਸੀਂ ਦੱਸਿਆ ਵੀ ਉਹਨਾਂ ਨੇ ਜਿਹੜੀ ਸ਼ਰਮਿੰਦਗੀ ਵੀ ਜਿਹੜੀ ਜ਼ਾਹਰ ਕੀਤੀ ਆ, ਅਤੇ ਇਹਨਾਂ ਦੋਸ਼ੀਆਂ ਨੂੰ ਜਿਹੜੀ ਆ ਉਹ ਆਖਿਆ ਵੀ ਆ ਵਿਕਟਮਸ ਦੇ ਪੀੜਤਾਂ ਦੇ ਨਾਲ ਦੱਸਿਆ ਅਤੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਦੀ ਵੀ ਗੱਲ ਆ ਉਹ ਆਖੀ ਆ। ਜੀ, ਅਗਲੀ ਖਬਰ ਵੱਲ ਚੱਲੀਏ। ਜਿਹੜੀ ਫਲੋਰੀਡਾ ਦੇ ਵਿੱਚ ਕੁਛ ਸਮਾਂ ਪਹਿਲਾਂ ਜਿਹੜੀ ਜਨਵਰੀ 2017 ਦੇ ਵਿੱਚ ਇੱਕ ਬੰਦੇ ਨੇ ਏਅਰਪੋਰਟ ਦੇ ਉੱਤੇ ਜਿਹੜੀਆਂ ਗੋਲੀਆਂ ਚਲਾ ਕੇ 5 ਲੋਕਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਸੀ, ਅਤੇ ਅੱਜ ਜਿਹੜੇ ਐਸਟਾਵਿਨ ਸੈਂਟਿਆਗੋ ਆ ਜਿਨ੍ਹਾਂ ਨੇ ਗੋਲੀਆਂ ਚਲਾਈਆਂ ਸੀ, 28 ਸਾਲਾਂ ਦਾ ਜਿਹੜਾ ਇਹ ਨੌਜਵਾਨ ਆ ਉਹਨੂੰ ਜਿਹੜਾ ਜੱਜ ਆ ਉਸਨੇ 5 ਲਾਈਫ ਟਰਮ ਦਿੱਤੀਆਂ ਹੈਗੀਆਂ ਆ। ਸੋ ਇਹਦਾ ਮਤਲਬ ਇਹ ਆ ਵੀ ਜੀਂਦੇ ਜੀ ਜਿਹੜਾ ਆ ਉਹ ਪ੍ਰਿਜ਼ਨ ਤੋਂ ਬਾਹਰ ਨਹੀਂ ਆ ਸਕਦਾ। ਜੀ ਬਿਲਕੁਲ ਜੀ। ਅਗਲੀ ਗੱਲ ਕਰਦੇ ਹਾਂ ਪੌਲ ਮੈਨਾਫੋਰਟ ਦਾ, ਜਿਹੜਾ ਹਰਜੋਤ ਸਿੰਘ ਜੀ ਇਸ ਟਾਈਮ ਟਰਾਇਲ ਚੱਲ ਰਿਹਾ ਹੈ, ਉਸ ਟਰਾਇਲ ਦੇ ਵਿੱਚ ਜਿਹੜੇ ਪ੍ਰੋਸੀਕਿਊਟਰਸ ਹੈਗੇ ਆ ਅਤੇ ਜਿਹੜੇ ਡਿਫੈਂਸ ਲੋਇਰਸ ਆ ਉਹਨਾਂ ਨੇ ਆਪੋ ਆਪਣੇ ਆਰਗੂਮੈਂਟ ਖਤਮ ਕਰ ਦਿੱਤੇ ਸੀਗੇ ਪਰਸੋਂ ਦੇ। ਕੱਲ੍ਹ ਪੂਰਾ ਦਿਨ ਜਿਊਰੀ ਦੇ ਕੋਲ ਸੀਗਾ ਜਿਹੜਾ ਆ ਉਹ ਫੈਸਲਾ ਲੈਣ ਦੇ ਲਈ। ਕੱਲ੍ਹ ਕਹਿੰਦੇ ਵੀ ਪੂਰੀ ਜਿਊਰੀ ਲੱਗੀ ਰਹੀ ਪਰ ਕਿਸੇ ਅਜੇ ਫੈਸਲੇ ਦੇ ਉੱਤੇ ਪਹੁੰਚੀ ਨਹੀਂ। ਜਿਊਰੀ ਨੇ ਕੁਛ ਕੁ ਸਵਾਲ ਜਿਹੜੇ ਜੱਜ ਦੇ ਕੋਲੋਂ ਜਿਹੜੇ ਦੁਬਾਰਾ ਪੁੱਛੇ ਆ, ਉਹਨਾਂ ਨੇ ਜਿਹੜੀ ਜਿਊਰੀ ਨੇ ਜਿਹੜੇ ਜੱਜ ਐਲਿਸ ਥਰਡ ਹੈਗੇ ਆ ਉਹਨਾਂ ਨੂੰ ਪੁੱਛਿਆ ਵੀ ਜਿਹੜਾ ਰੀਜ਼ਨੇਬਲ ਡਾਊਟ ਦਾ ਜਿਹੜਾ ਪਲੀਜ਼ ਦੁਬਾਰਾ ਸਾਨੂੰ ਉਸ ਦਾ ਮਤਲਬ ਜਿਹੜਾ ਉਹ ਸਮਝਾਇਆ ਜਾਵੇ। ਇਸ ਮੌਕੇ ਪਿਆਲ ਮੈਨਾਫੋਰਟ ਦੇ ਉੱਤੇ ਇਸ ਟਰਾਇਲ ਦੇ ਉੱਤੇ 18 ਵੱਖ-ਵੱਖ ਜਿਹੜੇ ਕਾਊਂਟ ਹੈਗੇ ਨੇ, ਦੋਸ਼ ਨੇ, ਜਿਨ੍ਹਾਂ ਵਿੱਚ ਟੈਕਸ ਇਵੇਜਨ, ਬੈਂਕ ਫਰੋਡ, ਹਾਈਡਿੰਗ ਫੋਰਨ ਬੈਂਕ ਅਕਾਊਂਟਸ ਜਿਹੜੇ ਆ ਇਹ ਵੱਖ-ਵੱਖ ਦੋਸ਼ ਇਹਨਾਂ 18 ਦੋਸ਼ਾਂ ਦੇ ਵਿੱਚ ਲੱਗੇ ਹੋਏ ਨੇ। ਸੋ ਇਸੇ ਦੇ ਬਾਬਤ ਹੀ ਜਿਹੜਾ ਇਹ ਟਰਾਇਲ ਆ ਚੱਲ ਰਿਹਾ ਸੀ। ਇਹ ਬਹੁਤ ਚਰਚਿਤ ਟਰਾਇਲ ਇਸ ਲਈ ਆ
ਕਿਉਂਕਿ ਜਿਹੜੇ ਪੌਲ ਮੈਨਾਫਰਟ ਆ 2016 ਦੇ ਵਿੱਚ ਟਰੰਪ ਪ੍ਰੈਜ਼ੀਡੈਂਸ਼ੀਅਲ ਕੈਂਪੇਨ ਦੇ ਜਿਹੜੇ ਚੇਅਰਮੈਨ ਰਹੇ ਨੇ ਅਤੇ ਨਾਲ ਦੇ ਨਾਲ ਜਿਹੜਾ ਆ ਜਿਹੜਾ ਰਸ਼ੀਅਨ ਪ੍ਰੋਬ ਦੀ ਜਿਹੜੀ ਸਪੈਸ਼ਲ ਕੌਂਸਲ ਹੈਗੇ ਨੇ ਰੋਬਰਟ ਮਿਊਲਰ ਉਹਨਾਂ ਦੇ ਦੁਆਰਾ ਜਿਹੜੇ ਚਾਰਜਿਸ ਆ ਇਹਨਾਂ ਉੱਤੇ ਲਾਏ ਗਏ ਨੇ ਸੋ ਦੇਖਦੇ ਹਾਂ ਜਿਹੜਾ ਆ ਕਿ ਜਿਹੜਾ ਫੈਸਲਾ ਉਹ ਆਉਂਦਾ ਆ ਸੋ ਜਿਊਰੀ ਦੇ ਕੋਲ ਸਮਾਂ ਹੈਗਾ ਆ ਉਹ ਅਜੇ ਆਪਣਾ ਸਮਾਂ ਲੈਣਗੇ ਅਤੇ ਸਾਰੇ ਮਿਲ ਜੁਲ ਕੇ ਜਿਹੜੇ 12 ਜਣੇ ਆ ਇੱਕ ਫੈਸਲੇ ਦੇ ਉੱਤੇ ਪਹੁੰਚ ਕੇ ਫਿਰ ਉਹ ਜੱਜ ਨੂੰ ਜਿਹੜੇ ਉਹ ਦੇਣਗੇ ਅਤੇ ਜੱਜ ਉਹ ਫੈਸਲਾ ਸੁਣਾ ਕੇ ਜੇ ਉਹ ਦੋਸ਼ੀ ਉਸਦੇ ਫੈਸਲੇ ਦੇ ਵਿੱਚ ਦੋਸ਼ੀ ਆਉਂਦਾ ਆ ਤਾਂ ਉਹਨਾਂ ਨੂੰ ਸਜ਼ਾ ਦੇਣਗੇ ਜੇ ਨਿਰਦੋਸ਼ ਹੋਣਗੇ ਤਾਂ ਫਿਰ ਉਹਨਾਂ ਨੂੰ ਉੱਥੋਂ ਰਿਹਾਅ ਕੀਤਾ ਜਾਊਗਾ। ਅਗਲੀ ਖਬਰ ਵੱਲ ਚਲੀਏ ਜਿਸ ਤਰ੍ਹਾਂ ਵੈਸਟ ਦੇ ਵਿੱਚ ਜਿਹੜੀ ਇੱਕ ਤਰ੍ਹਾਂ ਨਾਲ ਵੇਵ ਚੱਲ ਰਹੀ ਹੈਗੀ ਆ ਐਂਟੀ ਇਮੀਗ੍ਰੈਂਟ ਐਂਟੀ ਮੁਸਲਿਮ ਉਸੇ ਤਰ੍ਹਾਂ ਕਹਿੰਦੇ ਸਵੀਡਨ ਦੇ ਵਿੱਚ ਜਿਹੜੀ ਇੱਕ ਉੱਥੇ ਦੀ ਇੱਕ ਡੈਮੋਕ੍ਰੇਟਿਕ ਪਾਰਟੀ ਹੈਗੀ ਆ ਉਹ ਉੱਥੇ ਦਾ ਜਿਹੜਾ ਸੋਸ਼ਲਿਸਟ ਸਿਸਟਮ ਆ ਉਹਨੂੰ ਇੱਕ ਤਰ੍ਹਾਂ ਨਾਲ ਨਕਾਰਨ ਜਾ ਰਹੀ ਹੈਗੀ ਆ। 4000 ਤੋਂ ਵੱਧ ਕਹਿੰਦੇ ਫਾਰ ਰਾਈਟ ਸਪੋਰਟਰਸ ਜਿਹੜੇ ਇਕੱਠੇ ਹੋਏ ਅਤੇ ਉਹਨਾਂ ਨੇ ਇੱਕ ਮੀਟਿੰਗ ਵੀ ਕੀਤੀ ਰੈਲੀ ਕੀਤੀ ਅਤੇ ਲੱਗਦਾ ਆ ਕਹਿੰਦੇ ਵੀ ਆਉਣ ਵਾਲੇ ਸਮੇਂ 'ਚ ਸਵੀਡਨ ਦੀ ਹਿਸਟਰੀ 'ਚ 101 ਸਾਲਾਂ ਬਾਅਦ ਜਿਹੜੀ ਆ ਉੱਥੇ ਦੀ ਸਰਕਾਰ ਬਦਲ ਜਾਏਗੀ। ਕਹਿੰਦੇ ਵੀ ਉਹਨਾਂ ਦਾ ਸਾਥ ਜਿਹੜੇ ਲੋਕ ਬਹੁਤ ਦੇ ਰਹੇ ਹੈਗੇ ਆ ਅਤੇ ਸ਼ਰੇਆਮ ਉਹ ਕਹਿ ਰਹੇ ਆ ਵੀ ਸਾਨੂੰ ਵੀ ਵਾਈ ਸ਼ੁੱਡ ਵੀ ਕੇਅਰ ਅਬਾਊਟ ਇਸਲਾਮ ਵੀ ਸਵੀਡਨ ਇਜ਼ ਨੋਟ ਏ ਇਸਲਾਮਿਕ ਕੰਟਰੀ। ਅਤੇ ਉਹਦੇ ਵਿੱਚ ਕੀ ਹੋਇਆ ਵੀ ਜਦੋਂ ਉਹਨਾਂ ਨੇ ਬਹੁਤ ਸਾਰੇ ਰਿਫਿਊਜੀ ਲਏ ਪੋਪੂਲੇਸ਼ਨ ਸਾਰੀ ਸਵੀਡਨ ਦੀ ਕਹਿੰਦੇ 10 ਮਿਲੀਅਨ ਅਤੇ 1,65,000 ਦੇ ਕਰੀਬ ਮਾਈਗ੍ਰੈਂਟ ਉਹਨਾਂ ਨੇ 2015 'ਚ ਲਏ ਜਦੋਂ ਯੂਰੋਪੀਅਨ ਬਾਰਡਰ ਦਾ ਕ੍ਰਾਈਸਿਸ ਹੋਇਆ ਅਤੇ ਕਹਿੰਦੇ ਸਭ ਤੋਂ ਜ਼ਿਆਦਾ ਮੋਸਟ ਪਰ ਕੈਪੀਟਾ ਇਨ ਦਾ ਵਰਲਡ ਜਿਹੜੇ ਲਏ ਹੈਗੇ ਆ ਉਹਨਾਂ 'ਚ ਬਹੁਤੇ ਜਿਹੜੇ ਆ ਮੁਸਲਿਮ ਲੋਕ ਸੀਗੇ। ਸੋ ਹੁਣ ਜਿਹੜੀ ਆ ਉੱਥੇ ਦੀ ਜਿਹੜੀ ਜਨਤਾ ਆ ਉਹ ਟੋਟਲੀ ਇੱਕ ਤਰ੍ਹਾਂ ਨਾਲ ਉਲਟ ਹੋਈ ਆ। ਸੋ ਉਹਨਾਂ ਦੇ ਜਿਹੜੇ ਵਿਊ ਆ ਟੋਟਲੀ ਐਂਟੀ ਇਮੀਗ੍ਰਾਂਟ ਐਂਟੀ ਮੁਸਲਿਮ ਐਂਟੀ ਸੋਸ਼ਲਿਸਟ ਇਹ ਹੈਗੇ ਆ ਅਤੇ ਉਹਨਾਂ ਦੀਆਂ ਰੈਲੀਆਂ 'ਚ ਕਹਿੰਦੇ ਹਜ਼ਾਰਾਂ ਦੇ ਹਿਸਾਬ ਨਾਲ ਲੋਕ ਜਾਂਦੇ ਆ। ਸੋ ਬਹੁਤ ਜਿਹੜੇ ਮੁਲਕ ਆ ਉਹਨਾਂ 'ਤੇ ਇਹ ਜਿਹੜਾ ਅਸਰ ਪੈਣਾ ਸ਼ੁਰੂ ਹੋ ਗਿਆ ਆ ਜੀ। ਅਗਲੀ ਜਿਹੜੀ ਖਬਰ ਹਰਜੋਤ ਸਿੰਘ ਜੀ ਇਮੀਗ੍ਰੇਸ਼ਨ ਦੇ ਨਾਲ ਜੇ ਆਪਾਂ ਜੁੜੀ ਕਰੀਏ ਕਹਿੰਦੇ ਵੀ ਇੱਕ ਆਈਸ ਦਾ ਜਿਹੜਾ ਅਟਰਨੀ ਆ ਉਸ ਨੇ ਜਿਹੜਾ ਇਹ ਕੇਸ ਦੇ ਬਾਰੇ ਥੋੜ੍ਹੇ ਦੱਸੇ ਜਾਈਏ ਲੰਜੂਆ ਕਰਕੇ ਇੱਕ ਬੰਦਾ ਸੀ ਕਹਿੰਦੇ ਵੀ ਉਹ ਆਇਆ ਤਾਂ ਅਨਡਾਕੂਮੈਂਟਡ ਤਰੀਕੇ ਦੇ ਨਾਲ ਸੀਗਾ ਜਿਹੜਾ ਯੂਨਾਈਟਿਡ ਸਟੇਟਸ ਦੇ ਵਿੱਚ ਅਤੇ ਉਹ ਫਿਰ ਬਾਅਦ ਦੇ ਵਿੱਚ ਕੰਸਟਰਕਸ਼ਨ ਦੇ ਕੰਮ ਦੇ ਵਿੱਚ ਲੱਗਾ ਰਿਹਾ 1996 ਦੇ ਵਿੱਚ ਉਹ ਆ ਗਿਆ ਸੀ ਉਸ ਤੋਂ ਬਾਅਦ ਉਹਦਾ ਵਿਆਹ ਹੋਇਆ US ਸਿਟੀਜ਼ਨ ਦੇ ਨਾਲ ਦੋ ਬੱਚੇ ਵੀ ਹੋਇਆ ਉਹ ਵੀ ਜਿਹੜੇ ਸਿਟੀਜ਼ਨ ਨੇ ਫਿਰ ਉਸ ਤੋਂ ਬਾਅਦ 'ਚ ਕੀ ਹੋਇਆ ਵੀ ਉਹਨੇ ਕਈ ਸਾਲਾਂ ਬਾਅਦ ਰਹਿਣ ਤੋਂ ਬਾਅਦ 2009 ਦੇ ਵਿੱਚ ਪਟੀਸ਼ਨ ਕੀਤੀ ਇਮੀਗ੍ਰੇਸ਼ਨ ਜੱਜ ਦੇ ਸਾਹਮਣੇ ਵੀ ਉਹ ਲਾਫੁਲ ਰੈਜੀਡੈਂਟ ਜਿਹੜਾ ਉਹ ਬਣ ਜਾਵੇ ਉਹ ਆਪਣੇ ਪਰਿਵਾਰ ਦੇ ਨਾਲ 10 ਸਾਲ ਤੋਂ ਵੱਧ ਤੋਂ ਉਸਦੇ ਰੈਜੀਡੈਂਸ ਦੇ ਵਿੱਚ ਜਿਹੜਾ ਉਹ ਰਹਿ ਰਿਹਾ ਸੀ ਕਿਸੇ ਤਰੀਕੇ ਦਾ ਉਸਦਾ ਕ੍ਰਿਮੀਨਲ ਰੈਕਰਡ ਨਹੀਂ ਸੀ ਅਤੇ ਕਹਿੰਦੇ ਇਹ ਸਾਰੀਆਂ ਚੀਜ਼ਾਂ ਨੂੰ ਦੇਖਦੇ ਹੋਏ ਉਹ ਲੱਗਦਾ ਸੀ ਇਹਦਾ ਉਹਦਾ ਵਕੀਲ ਵੀ ਕਹਿੰਦਾ ਸੀਗਾ ਵੀ ਹਾਂ ਤੂੰ ਲੀਗਲ ਰੈਜੀਡੈਂਸੀ ਜਿਹੜੀ ਤੈਨੂੰ ਸ਼ਾਇਦ ਮਿਲ ਜਾਊਗੀ ਕਹਿੰਦੇ ਪਰ ਜਦੋਂ ਹੀਅਰਿੰਗ ਸੀਗੀ ਇਮੀਗ੍ਰੇਸ਼ਨ ਜੱਜ ਦੇ ਸਾਹਮਣੇ ਤਾਂ ਆਈਸ ਦੇ ਅਟਰਨੀ ਨੇ ਕਹਿੰਦੇ ਇੱਕ ਐਵੀਡੈਂਸ ਅਜਿਹਾ ਲਿਆ ਕੇ ਦਿਖਾ ਦਿੱਤਾ ਜਿਸ ਨੂੰ ਦੇਖ ਕੇ ਉਹ ਦੰਗ ਰਹਿ ਗਿਆ ਕਹਿੰਦਾ 2000 ਜਨਵਰੀ 2000 ਦਾ ਉਹਨਾਂ ਨੇ ਇੱਕ ਡਾਕੂਮੈਂਟ ਲਿਆਂਦਾ ਵੀ ਕਹਿੰਦਾ ਵੀ ਇਸ ਲੈਂਜੂਆ ਨਾਂ ਦੇ ਇਸ ਬੰਦੇ ਨੇ ਆਪਣੇ ਆਪ ਆਪਣੇ ਡੈਪੂਟੇਸ਼ਨ ਦੇ ਜਿਹੜੇ ਆ ਉਹ ਸਾਈਨ ਕਰ ਦਿੱਤੇ ਸੀਗੇ ਅਤੇ ਇਸ ਲਈ ਇਹ ਇਨਐਲੀਜੀਬਲ ਹੈਗਾ ਆ ਇਸ ਲਈ ਇਹਨੂੰ ਲੀਗਲ ਰੈਜੀਡੈਂਸ ਜਿਹੜੀ ਉਹ ਨਾ ਦਿੱਤੀ ਜਾਵੇ। ਜੱਜ ਨੇ ਉਹ ਡਾਕੂਮੈਂਟ ਦੇਖਿਆ ਉਸ ਦੇ ਨਾਲ ਦੇ ਨਾਲ ਉਸਨੂੰ ਡਿਪੋਰਟ ਜਿਹੜਾ ਕਰਨ ਦੇ ਫੈਸਲਾ ਸੁਣਾ ਦਿੱਤਾ ਪਰ ਉਸਨੂੰ ਪਤਾ ਸੀਗਾ ਲੈਂਜੂਆ ਨੂੰ ਕਹਿੰਦਾ ਵੀ ਮੈਂ ਤਾਂ ਇੱਦਾਂ ਦਾ ਕੋਈ ਡਾਕੂਮੈਂਟ ਜਿਹੜਾ ਉਹ ਸਾਈਨ ਨਹੀਂ ਕੀਤਾ ਅਤੇ ਬਾਅਦ ਦੇ ਵਿੱਚ ਇਹ ਚੀਜ਼ ਪਤਾ ਲੱਗੀ ਵੀ ਇਹ ਜਿਹੜਾ ਜੋਨਥਨ ਐਮ ਲਵ ਜਿਹੜਾ ਆਈਸ ਦਾ ਅਟਰਨੀ ਸੀ ਉਸ ਟਾਈਮ ਦੇ ਉੱਤੇ ਉਸਨੇ ਆਪਣੇ ਏਡਸ ਦੀ ਹੈਲਪ ਦੇ ਨਾਲ ਇਹ ਜਿਹੜਾ ਆ ਡਾਕੂਮੈਂਟ ਨਕਲੀ ਫੋਰਜ ਕੀਤਾ ਨਕਲੀ ਜਿਹੜੇ ਸਾਈਨ ਜਿਹੜੇ ਆ ਬਣਾ ਕੇ ਉਸਦੇ ਜਿਹੜੇ ਉਹ ਝਾੜ ਕੇ ਉਸ ਅਦਾਲਤ ਦੇ ਵਿੱਚ ਦਿਖਾ ਦਿੱਤੇ। 2012 ਦੇ ਵਿੱਚ ਕਹਿੰਦੇ ਆ ਵੀ ਫਿਰ ਉਸਨੂੰ 2 ਸਾਲ ਲੱਗੇ ਕੇਸ ਲੜਦਿਆਂ ਵੀ ਇਹ ਦਿਖਾਉਣ ਦੇ ਲਈ ਵੀ ਇਹ ਜਿਹੜਾ ਨਕਲੀ ਡਾਕੂਮੈਂਟ ਆ ਅਤੇ ਮੈਂ ਇੱਦਾਂ ਨਹੀਂ ਕੀਤਾ ਅਤੇ ਫਿਰ 2014 ਦੇ ਵਿੱਚ ਉਸਨੂੰ ਲਾਫੁਲ ਰੈਜੀਡੈਂਟ ਜਿਹੜਾ ਆ ਉਹ ਬਣਾ ਦਿੱਤਾ ਗਿਆ ਸੀ ਕਿਸੇ ਹੋਰ ਅਦਾਲਤ ਦੇ ਦੁਆਰਾ ਅਤੇ ਹੁਣ ਉਸਨੇ ਆਈਸ ਦੇ ਇਸ
ਜਿਹੜਾ ਵਕੀਲ ਹੈਗਾ ਆ ਅਟਰਨੀ ਆ ਉਸ ਨੂੰ ਜਿਹੜਾ ਸੂ ਕੀਤਾ ਹੋਇਆ ਆ ਪਰ ਕਹਿੰਦੇ ਜਿਹੜੇ ਸੁਪਰੀਮ ਕੋਰਟ ਦੇ ਵਿੱਚ ਇੱਦਾਂ ਦੇ ਕੇਸ ਬਹੁਤ ਘੱਟ ਜਿਹੜੇ ਜਾਂਦੇ ਨੇ ਕਾਰਨ ਉਸਦੇ ਪਿੱਛੇ ਇਹੀ ਆ ਵੀ ਜਿਹੜਾ ਫੈਡਰਲ ਜਿਹੜਾ ਹੁੰਦਾ ਆ ਕੋਈ ਵੀ ਆਫਿਸਰ ਉਸਦੇ ਖਿਲਾਫ ਇੱਦਾਂ ਦੀਆਂ ਚੀਜ਼ਾਂ ਉਹਨਾਂ ਨੂੰ ਸੂ ਕਰਨਾ ਅਤੇ ਉਸਦੇ ਪ੍ਰਤੀ ਉਸਦੇ ਜਿਹੜੇ ਕਹਿ ਲਓ ਵੀ ਉਹਨੂੰ ਡੈਮੇਜਿਸ ਹੋਣੇ ਉਹ ਬਹੁਤ ਘੱਟ ਚਾਂਸਿਸ ਹੁੰਦੇ ਨੇ ਪਰ ਉਸ ਤੋਂ ਜਿਹੜੀ ਹੇਠਲੀ ਅਦਾਲਤ ਆ ਉਹਨਾਂ ਨੇ ਕਾਫੀ ਜਿਹੜਾ ਸਾਥ ਦਿੱਤਾ ਲੈਨਜ਼ੋਆ ਦਾ ਅਤੇ ਉਹਨਾਂ ਨੇ ਆਪਣੇ ਓਪੀਨੀਅਨ ਦੇ ਵਿੱਚ ਇਹ ਕਿਹਾ ਵੀ ਇਸ ਬੰਦੇ ਦੇ ਉਹਨਾਂ ਨੇ ਸੰਵਿਧਾਨਿਕ ਜਿਹੜੇ ਹੱਕ ਆ ਉਹਨਾਂ ਦੇ ਉੱਤੇ ਘਾਣ ਕੀਤਾ ਆ ਸੋ ਹੁਣ ਇਹ ਦੇਖੋ ਹਰਜੋਤ ਸਿੰਘ ਜੀ ਵੀ ਇਹ ਤਾਂ ਬੰਦੇ ਨੂੰ ਜਿਹੜਾ ਪਤਾ ਸੀਗਾ ਅਤੇ ਇਹ ਕੁਛ ਹੋਇਆ ਜਸਟ ਇਮੈਜਿਨ ਵੀ ਹੋਰ ਕਈਆਂ ਦੇ ਨਾਲ ਜਿਹੜਾ ਆ ਉਹ ਹੋ ਵੀ ਰਿਹਾ ਹੋਊਗਾ ਜਾਂ ਉਹਨਾਂ ਨੂੰ ਇਹ ਹੋਊਗਾ ਡਰ ਹੋਊਗਾ ਜਾਂ ਉਹਨਾਂ ਨੂੰ ਸ਼ੱਕ ਆ ਵੀ ਮੇਰੇ ਸ਼ਾਇਦ ਇਹਨਾਂ ਚੀਜ਼ਾਂ ਕਰਕੇ ਜਿਹੜਾ ਆ ਉਹ ਕੀਤਾ ਜਾ ਰਿਹਾ ਹੋਵੇ ਸੋ ਆਈਸ ਏਜੰਟ ਵਾਲੇ ਜਿਹੜੇ ਆ ਉਹ ਧੱਕਾ ਵੀ ਜਿਹੜਾ ਕਿਤੇ ਨਾ ਕਿਤੇ ਨਾਲ ਦੇ ਨਾਲ ਕਰੀ ਜਾ ਰਹੇ ਨੇ ਇਸ ਜੀ ਬਿਲਕੁਲ ਜੇ ਇਮੀਗ੍ਰੇਸ਼ਨ ਦੀ ਗੱਲ ਕਰਦੇ ਜਾਈਏ ਅੱਜ US ਦੇ ਅਟੋਰਨੀ ਜਨਰਲ ਜੈਫ ਸੈਸ਼ਨਸ ਆ ਉਹਨਾਂ ਨੇ ਜਿਹੜੇ ਇਮੀਗ੍ਰੇਸ਼ਨ ਜੱਜਸ ਆ ਉਹਨਾਂ ਨੂੰ ਇੱਕ ਆਰਡਰ ਇਸ਼ੂ ਕੀਤਾ ਆ ਵੀ ਜਿਹੜੇ ਆ ਇਮੀਗ੍ਰੇਸ਼ਨ ਡਿਪੋਰਟੇਸ਼ਨ ਉਹਦੀ ਜਿਹੜੀ ਸਪੀਡ ਆ ਉਹ ਵਧਾਈ ਜਾਵੇ ਤੇ ਉਹ ਕਹਿੰਦੇ ਭਈ ਕਿਸੇ ਦਾ ਵੀ ਜਿਹੜਾ ਕੋਈ ਗੁੱਡ ਕੌਜ਼ ਜਿਹੜਾ ਹੈਗਾ ਆ ਉਹ ਤੋਂ ਬਿਨਾਂ ਜਿਹੜਾ ਉਹਦਾ ਕੇਸ ਡਿਲੇ ਨਾ ਕੀਤਾ ਜਾਵੇ ਇਮੀਡੀਏਟਲੀ ਉਹਨੂੰ ਡਿਸਾਈਡ ਕਰਕੇ ਅਤੇ ਜੇ ਨਹੀਂ ਉਹ ਲੱਗਦਾ ਭਈ ਸਹੀ ਆ ਤਾਂ ਉਹਨੂੰ ਇਮੀਡੀਏਟਲੀ ਜਿਹੜਾ ਆ ਡਿਪੋਰਟ ਕੀਤਾ ਜਾਵੇ ਸੋ ਇਹਦੇ ਸੰਬੰਧ ਦੇ ਵਿੱਚ ACLU ਜਿਹੜੇ ਅਮੈਰੀਕਨ ਸਿਵਲ ਲਿਬਰਟੀ ਯੂਨੀਅਨ ਦੇ ਜਿਹੜੇ ਵਕੀਲ ਹੈਗੇ ਆ ਸਟੀਫਨ ਕੈਂਗ ਉਹਨਾਂ ਨੇ ਇਹ ਕਿਹਾ ਵੀ ਇਹ ਬਹੁਤ ਜ਼ਿਆਦਾ ਟ੍ਰਵਲਿੰਗ ਹੈਗਾ ਆ ਇਹ ਇੱਕ ਤਰ੍ਹਾਂ ਨਾਲ ਇਸ ਡਾਇਰੈਕਸ਼ਨ ਵੱਲ ਮੂਵ ਹੋ ਰਿਹਾ ਵੀ ਬੰਦੇ ਦੇ ਰਾਈਟਸ ਤਾਂ ਕੋਈ ਰਹੇ ਨਹੀਂ ਸਿਰਫ ਜੱਜ 'ਤੇ ਹੀ ਡਿਪੈਂਡ ਕਰਦਾ ਹੈਗਾ ਅਤੇ ਨਾਲ ਦੀ ਨਾਲ ਜਿਹੜੇ ਜੈਫ ਸੈਸ਼ਨਸ ਆ ਉਹਨਾਂ ਜਿਹੜੇ ਜੱਜਸ ਆ ਉਹਨਾਂ ਨੂੰ ਵੀ ਇੱਕ ਤਰ੍ਹਾਂ ਨਾਲ ਧਮਕੀ ਦਿੱਤੀ ਹੈਗੀ ਆ ਵੀ ਤੁਹਾਡੇ ਉੱਤੇ ਵੀ ਇੱਕ ਤਰ੍ਹਾਂ ਨਾਲ ਇੰਪੋਰਟੈਂਟ ਚੈੱਕ ਹੋਊਗਾ ਔਨ ਇਮੀਗ੍ਰੇਸ਼ਨ ਜੱਜਸ ਅਥਾਰਟੀ ਅਤੇ ਲੱਗਦਾ ਆ ਵੀ ਆਉਣ ਵਾਲੇ ਸਮੇਂ 'ਚ ਜਿਸ ਤਰ੍ਹਾਂ ਕਈ ਲੋਕ ਪਹਿਲਾਂ ਪੋਲੀਟੀਕਲ ਅਸਾਈਲਮ ਜਾਂ ਹੋਰ ਅਪਲਾਈ ਕਰ ਲੈਂਦੇ ਸੀ ਅਤੇ ਚਾਰ ਚਾਰ ਦੋ ਦੋ ਸਾਲ ਲੱਗ ਜਾਂਦੇ ਸੀ ਅਤੇ ਹੁਣ ਉਹ ਡਿਸਾਈਡ ਇਮੀਡੀਏਟਲੀ ਕਰਨਗੇ ਅਤੇ ਕੋਈ ਮਹੀਨਿਆਂ 'ਚ ਬੇਸਿਕਲੀ ਜਿਹੜਾ ਨਾਲ ਦੀ ਨਾਲ ਇਹ ਰਿਪੋਰਟ ਕਰਨ ਦਾ ਉਹ ਟਰਾਈ ਕਰਨਗੇ ਸੋ ਬਿਲਕੁਲ ਬਹੁਤ ਸਾਰੇ ਲੋਕ ਜਿਹੜੇ ਆ ਉਹ ਆ ਰਹੇ ਨੇ ਇੱਧਰ ਨੂੰ ਸਭ ਨੂੰ ਪਤਾ ਟਰਾਈ ਜਿਹੜੇ ਉਹ ਕਰ ਰਹੇ ਨੇ ਅਜੇ ਵੀ ਆਂਕੜੇ 'ਤੇ ਜਿਹੜੇ ਉਹ ਘੱਟ ਨਹੀਂ ਰਹੇ ਹਰਜੋਤ ਸਿੰਘ ਜੀ ਚਾਹੇ ਜਿੰਨੀ ਮਰਜ਼ੀ ਜਿਹੜੀ ਉੱਥੇ ਸਿਕਿਉਰਿਟੀ ਜਾਂ ਕੰਧ ਦੀ ਗੱਲ ਕਰ ਲਓ ਜਾਂ ਜੋ ਮਰਜ਼ੀ ਹੈਗੀ ਆ ਪਰ ਸਭ ਤੋਂ ਵੱਡਾ ਜਿਹੜਾ ਹਰਜੋਤ ਸਿੰਘ ਜੀ ਪ੍ਰੋਬਲਮ ਤਾਂ ਹੈਗੀ ਜਿਹੜੀ ਅਨਡਾਕੂਮੈਂਟਡ ਇਮੀਗ੍ਰੇਸ਼ਨ ਦੀ ਉਹੀ ਆ ਅਕੋਰਡਿੰਗ ਟੂ ਜਿਹੜੇ ਨੰਬਰਸ ਆ ਵੀ 70-80% ਤੱਕ ਉਹ ਲੋਕ ਇੱਥੇ ਅਨਡਾਕੂਮੈਂਟਡ ਇਮੀਗ੍ਰੈਂਟਸ ਬਣਦੇ ਨੇ ਜਿਹੜੇ ਆਏ ਇੱਥੇ ਲੀਗਲ ਤਰੀਕੇ ਦੇ ਨਾਲ ਹੁੰਦੇ ਆ ਲੀਗਲ ਵੀਜ਼ੇ ਦੇ ਉੱਤੇ ਨੋਨ ਇਮੀਗ੍ਰੈਂਟ ਵੀਜ਼ੇ ਦੇ ਉੱਤੇ ਆਏ ਹੁੰਦੇ ਆ ਅਤੇ ਫਿਰ ਇੱਥੇ ਹੀ ਜਿਹੜੇ ਆ ਉਹ ਰਹਿ ਜਾਂਦੇ ਨੇ ਸੋ ਜਿੱਦਾਂ ਦਾ ਹੁਣ ਹਰਜੋਤ ਸਿੰਘ ਜੀ ਹਾਲਾਤ ਚੱਲ ਰਹੇ ਨੇ ਤਾਂ ਉਸ ਦੇ ਵਿੱਚ ਬਹੁਤ ਜਿਹੜੀ ਸਖਤੀ ਜਿਹੜੀ ਇਮੀਗ੍ਰੇਸ਼ਨ ਲਾਇਰਸ ਦੇ ਉੱਤੇ ਇਮੀਗ੍ਰੇਸ਼ਨ ਵਕੀਲਾਂ ਦੇ ਉੱਤੇ ਅਤੇ ਜਿਹੜੇ ਜੱਜਸ ਦੇ ਉੱਤੇ ਵੀ ਜਿਹੜੀ ਉਹ ਹੈਗੀ ਆ ਵੀ ਜਲਦੀ ਤੋਂ ਜਲਦੀ ਜਿਹੜੇ ਉਹਨਾਂ ਨੂੰ ਫੈਸਲੇ ਜਿਹੜੇ ਆ ਉਹ ਸੁਣਾਉਣੇ ਪੈਣਗੇ ਇਕੱਲਾ ਇਹ ਨਹੀਂ ਜੀ ਹਾਂਜੀ ਮੈਂ ਇੱਕ ਰਿਪੋਰਟ ਪੜ੍ਹ ਰਿਹਾ ਸੀ ਉਹਦੇ 'ਚ ਇਹ ਸੀ ਵੀ ਜਿਹੜੇ ਮੈਕਸੀਕੋ ਬਾਰਡਰ ਤੋਂ ਵੀ ਜਿਹੜੇ ਕ੍ਰੋਸ ਕਰਦੇ ਇਲੀਗਲੀ ਉਹਦੇ ਵਿੱਚ ਨੰਬਰ 1 ਨੈਸ਼ਨਲਸ ਕਹਿੰਦੇ ਮੈਕਸੀਕੋ ਦੇ ਸੀ ਅਤੇ ਨੰਬਰ 2 'ਤੇ ਪੰਜਾਬੀ ਆਉਂਦੇ ਸੀ ਬਿਲਕੁਲ ਇੰਡੀਅਨਸ ਬਹੁਤ ਜ਼ਿਆਦਾ ਜਿਹੜੇ ਆ ਉਹ ਇਸ ਟਾਈਮ ਕਰ ਰਹੇ ਆ ਲੋਕ ਸੋਚ ਰਹੇ ਹੋਣਗੇ ਵੀ ਸ਼ਾਇਦ ਉੱਧਰੋਂ ਸਾਊਥ ਅਮੈਰੀਕਾ ਦੇ ਲੋਕ ਜ਼ਿਆਦਾ ਵੱਢ ਰਹੇ ਨੇ ਪਰ ਜਿਹੜੇ ਰਾਈਟ ਨਾਓ ਹਰਜੋਤ ਸਿੰਘ ਜੀ ਇਹ ਇਹ ਹੈਗੀ ਆ ਗੱਲ ਬਿਲਕੁਲ ਇਹ ਦਰੁਸਤ ਆ ਵੀ ਜਿਹੜੇ ਗੈਰ ਕਾਨੂੰਨੀ ਢੰਗ ਨਾਲ ਬਾਰਡਰ ਟੱਪਣ ਦੀ ਕੋਸ਼ਿਸ਼ ਕਰ ਰਹੇ ਉਹਦੇ ਵਿੱਚ ਜਿਹੜੇ ਭਾਰਤੀ ਅਤੇ ਪੰਜਾਬੀ ਕਹਿ ਲਓ ਵੀ ਉਹ ਬਹੁਤ ਜਿਹੜੇ ਇਸ ਦੇ ਵਿੱਚ ਜ਼ਿਆਦਾ ਨੇ ਅਤੇ ਇਸ ਟਾਈਮ ਵੱਖ ਵੱਖ ਜਿਹੜੇ ਕੈਂਪਸ ਦੇ ਵਿੱਚ ਕਹਿ ਲਓ ਜੇਲ੍ਹਾਂ ਦੇ ਵਿੱਚ ਡਿਟੈਂਸ਼ਨ ਸੈਂਟਰਸ ਦੇ ਵਿੱਚ ਉਹਨਾਂ ਨੂੰ ਡੱਕਿਆ ਹੋਇਆ ਆ ਇਹੀ ਨਹੀਂ ਹਰਜੋਤ ਸਿੰਘ ਜੀ ਨਾਲ ਦੇ ਨਾਲ ਜਿਨ੍ਹਾਂ ਲੋਕਾਂ ਨੇ ਜਿਹੜੇ ਪਹਿਲਾਂ ਦੇ ਵੀ ਆਏ ਹੋਏ ਆ ਨਾ ਉਹਨਾਂ ਨੇ ਚਾਹੇ ਕਈ ਨੇ ਕਿਸੇ ਦਾ ਬੌਂਡ ਵੀ ਭਰਿਆ ਹੋਇਆ ਆ ਜਿਨ੍ਹਾਂ ਨੇ ਬੌਂਡ ਵੀ ਭਰੇ ਹੋਏ ਆ ਉਹਨਾਂ ਨੂੰ ਵੀ ਹੁਣ ਚਿੱਠੀਆਂ ਮਿਲ ਰਹੀਆਂ ਕੱਲ੍ਹ ਸਾਡੇ ਸਟੂਡੀਓ 'ਚ ਕਾਲ ਆਈ ਸੀ ਬਿਲਕੁਲ ਦੱਸਿਆ ਸੀ ਉਹਨਾਂ ਨੇ ਚਿੱਠੀ ਦੀ ਫੋਟੋ ਵੀ ਜਿਹੜੀ ਆ ਘੱਲੀ ਆ ਵੀ ਉਹਨਾਂ ਨੂੰ ਹੁਣ ਇੰਟਰਵਿਊ ਦੇ ਲਈ ਦੁਬਾਰਾ ਜਿਹੜਾ ਆ ਇਮੀਗ੍ਰੇਸ਼ਨ ਦੇ ਮਸਲੇ ਦੇ ਵਿੱਚ ਦੁਬਾਰਾ ਉਹਨਾਂ ਨੂੰ ਸੱਦਿਆ ਗਿਆ ਕਹਿੰਦੇ ਵੀ ਮੇਰਾ ਸਾਰਾ ਕੁਛ ਓਕੇ ਆ ਮੇਰਾ ਪੇਪਰ ਵਰਕ ਵੀ ਡਨ ਆ ਸਾਰਾ ਕੁਛ ਹੋਇਆ ਪਰ ਅਚਾਨਕ ਪਤਾ ਨਹੀਂ ਕਿਉਂ ਉਹਨਾਂ ਨੇ ਇਮੀਗ੍ਰੇਸ਼ਨ ਦੀ ਇੰਟਰਵਿਊ ਦੇ ਲਈ ਜਿਹੜਾ ਆ ਉਹ ਬੁਲਾ ਲਿਆ ਆ ਸੋ ਜਿਹੜੇ ਬੌਂਡ ਵੀ ਭਰ ਰਹੇ ਆ ਹੁਣ ਉਹਨਾਂ ਤੱਕ ਜਿਹੜੀ ਸਰਕਾਰ ਆ ਉਹ ਪਹੁੰਚ ਕਰ ਰਹੀ ਆ ਜਿਹਦੇ ਬਾਰੇ ਵੀ ਕੁਛ ਪੁਰਾਣਾ ਪਤਾ ਲੱਗ ਰਿਹਾ ਆ ਦੇਖੋ ਹਰਜੋਤ ਸਿੰਘ ਜੀ ਜਿੱਦਾਂ ਆਪਾਂ ਅਕਸਰ ਗੱਲ ਆਪਾਂ ਕਰ ਰਹੇ ਸੀਗੇ ਦੱਸਦੇ ਪਏ ਹਾਂ ਵੀ ਜਿਹੜੀ ਰਾਈਟ ਨਾਓ ਪੁਰਾਣੇ ਜਿਹੜੇ ਫਿੰਗਰਪ੍ਰਿੰਟਸ ਆ ਉਹਨਾਂ ਨੂੰ ਧੜਾ ਧੜ ਬਹੁਤ ਜੰਗੀ ਪੱਧਰ ਦੇ ਉੱਤੇ ਡਿਜੀਟਲਾਈਜ਼ ਕਰਕੇ ਜਿਹੜਾ ਆ ਉਹ ਸਟੋਰ ਡਾਟਾ ਦੇ ਵਿੱਚ ਜਿਹੜਾ ਆ ਉਹ ਪਾਇਆ ਜਾ ਰਿਹਾ ਆ ਸੋ ਉਹ ਮੈਚ ਜਿਹੜੇ ਆ ਕਈਆਂ ਦੇ ਜਿਹੜੇ ਆ ਕਈਆਂ ਦੇ ਨਾਲ ਜਿਹੜੇ ਉਹ ਕਰਨਗੇ ਜਿਨ੍ਹਾਂ ਦੇ ਨਾਮ ਵੀ ਜਿਹੜੇ ਆ ਚੇਂਜ ਹੋਏ ਹੋਣਗੇ ਸੋ ਉਹ ਬੰਦਾ ਤਾਂ ਉਹਨਾਂ
ਉਹਨਾਂ ਨੂੰ ਭਾਵੇਂ ਨਾ ਲੱਭੇ ਉਸ ਨਾਂ ਦੇ ਉੱਤੇ, ਪਰ ਜਿਹਨੇ ਬੌਂਡ ਭਰਿਆ ਆ ਜਾਂ ਜੋ ਵੀ ਉਸਦੇ ਨਾਲ ਡਾਕੂਮੈਂਟੇਸ਼ਨ ਹੈਗੀ ਆ ਉਹਨਾਂ ਤੱਕ ਜਿਹੜੀ ਆ ਉਹ ਹੁਣ ਅਪਰੋਚ ਜਿਹੜੀ ਕਰ ਰਹੇ ਆ। ਸੋ ਇਸ ਟਾਈਮ ਇਮੀਗ੍ਰੇਸ਼ਨ ਦੇ ਉੱਤੇ 100% ਜਿਹੜੀ ਸਖਤੀ ਆ ਉਹ ਹੋਈ ਆ। ਅਸੀਂ ਸ਼ੁਰੂ ਤੋਂ ਹੀ ਕਹਿੰਦੇ ਆਏ ਹਾਂ ਵੀ ਆਪਣੇ ਇਮੀਗ੍ਰੇਸ਼ਨ ਦਾ ਪੇਪਰ ਵਰਕ ਆ ਪਲੀਜ਼ ਅਪ ਟੂ ਡੇਟ ਰੱਖੋ ਕਿਸੇ ਚੰਗੇ ਵਕੀਲ ਦੇ ਨਾਲ ਹੀ। ਜੇ ਤੁਹਾਡਾ ਕੋਈ ਕਿਸੇ ਵੀ ਤਰੀਕੇ ਦਾ ਕੋਈ ਵੀ ਮਸਲਾ ਉਲਝਿਆ ਹੋਇਆ ਹੈ ਕਿਸੇ ਚੰਗੇ ਵਕੀਲ ਦੀ ਹੀ ਜਿਹੜੀ ਉਸਦੇ ਵਿੱਚ ਸਲਾਹ ਲਈ ਜਾਵੇ ਜੀ। ਅਤੇ ਬਾਕੀ ਇਹ ਕੁਛ ਕੁ ਲੋਕਲ ਖਬਰਾਂ ਵੱਲ, ਮੰਟੀਕਾ ਦੇ ਵਿੱਚ ਜਿਸ ਤਰ੍ਹਾਂ ਇੱਕ ਬਜ਼ੁਰਗ ਨੂੰ ਪਿਛਲੇ ਦਿਨਾਂ ਦੇ ਵਿੱਚ ਕੁੱਟਿਆ ਗਿਆ ਸੀ, ਹੁਣ ਉਹਨਾਂ ਦੇ ਸਾਹਿਬ ਸਿੰਘ ਜੀ ਸਾਹਿਬ ਸਿੰਘ ਅਤੇ ਉਹਨਾਂ ਦੇ ਸੰਬੰਧ ਦੇ ਵਿੱਚ ਕੱਲ੍ਹ ਜਕਾਰਾ ਮੂਵਮੈਂਟ ਵੱਲੋਂ ਇੱਕ ਮੋਡੈਸਟੋ ਦੇ ਵਿੱਚ ਇਕੱਠ ਵੀ ਹੋਇਆ ਸੀ, ਕਾਫੀ ਵੱਡੀ ਗਿਣਤੀ 'ਚ ਲੋਕ ਪਹੁੰਚੇ ਹੋਏ ਸੀ। ਅਤੇ ਇੱਕ ਵਾਰੀ ਫਿਰ ਪਰਮਿੰਦਰ ਸਿੰਘ ਸ਼ਾਹੀ ਜਿਹੜੇ ਆ ਮੰਟੀਕਾ ਤੋਂ, ਉਹਨਾਂ ਨੇ ਸਾਨੂੰ ਮੈਸੇਜ ਭੇਜਿਆ ਵੀ ਇਸ ਐਤਵਾਰ ਨੂੰ 19 ਅਗਸਤ ਨੂੰ ਸ਼ਾਮ ਨੂੰ 6 ਤੋਂ ਲੈ ਕੇ 8 ਵਜੇ ਤੱਕ ਇੱਕ ਵਾਕ ਹੋਣੀ ਹੈਗੀ ਆ, ਮੰਟੀਕਾ ਪੀਸ ਵਾਕ ਉਹਦਾ ਨਾਂ ਰੱਖਿਆ ਗਿਆ, ਜਿੱਥੇ ਉਹਨਾਂ ਨੂੰ ਕੁੱਟਿਆ ਗਿਆ ਸੀ ਉਸੇ ਪਾਰਕ ਦੇ ਵਿੱਚ ਆ, 810 ਅਗੇਟ ਐਵਨਿਊ ਮੰਟੀਕਾ ਕੈਲੀਫੋਰਨੀਆ 95336। ਇਹਨੂੰ ਪੀਸ ਹਿਊਮੈਨਿਟੀ ਯੂਨਿਟੀ ਰਿਸਪੈਕਟ ਇਸ ਕਰਕੇ ਰੱਖਿਆ ਗਿਆ। ਅਤੇ ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ ਆ ਉਸ ਏਰੀਏ ਦੇ ਵਿੱਚ, ਟ੍ਰੇਸੀ, ਸਟੋਕਟਨ, ਮੋਡੈਸਟੋ, ਲਿਵਿੰਗਸਟਨ, ਮੰਟੀਕੇ ਏਰੀਏ ਦੇ ਵਿੱਚ ਵੱਧ ਤੋਂ ਵੱਧ ਜਿਹੜੇ ਆ ਇਸ ਪੀਸ ਜਿਹੜੀ ਵਾਕ ਹੋਣੀ ਆ ਉਹਦੇ ਵਿੱਚ ਜਾਓ। ਅਤੇ ਉਹ ਕਹਿੰਦੇ ਵੀ ਜਿਹੜੇ ਬਜ਼ੁਰਗ ਆ ਉਹ ਵੀ ਖੁਦ ਇਸ ਵਾਕ ਦੇ ਵਿੱਚ ਹਿੱਸਾ ਲੈਣਗੇ। ਬਿਲਕੁਲ, ਇਹ 19 ਜਿਹੜੀ ਅਗਸਤ ਨੂੰ ਸ਼ਾਮੀ 6 ਤੋਂ 8 ਵਜੇ ਤੱਕ ਇਹ ਹੋਣੀ ਆ, ਪਰਸੋਂ ਨੂੰ ਐਤਵਾਰ ਨੂੰ ਸ਼ਾਮੀ 6 ਵਜੇ। ਸੋ ਬਿਲਕੁਲ ਇਹਨਾਂ ਬਜ਼ੁਰਗਾਂ ਦਾ ਜਿਹੜਾ ਆ ਉਹ ਉੱਥੇ ਜਿਹੜਾ ਸਾਥ ਦਿੱਤਾ ਜਾਵੇ। ਅਤੇ ਬਾਕੀ ਜਿਹੜੇ ਲੋਕ ਨੇ ਹੋਰ ਕਮਿਊਨਿਟੀਆਂ ਦੇ ਵੀ ਅਤੇ ਆਪਣੇ ਕਮਿਊਨਿਟੀ ਵਾਲੇ ਵੀ ਜਿਹੜੇ ਆ ਉਹ ਪੂਰੇ ਪਾਰਕ ਦੇ ਆਲੇ ਦੁਆਲੇ ਜਿਹੜਾ ਇਸ ਦੇ ਵਿੱਚ ਗੇੜਾ ਮਾਰਨਗੇ। ਇੱਕ ਪੂਰੀ ਕਮਿਊਨਿਟੀ ਵੱਲੋਂ ਬਹੁਤ ਸੋਹਣਾ ਜਿਹੜਾ ਮੈਸੇਜ ਆ ਹਰਜੋਤ ਸਿੰਘ ਜੀ, ਵੀ ਆਪਾਂ ਜਿਹੜਾ ਦੇਖਿਆ ਜਿੱਦਾਂ ਸਾਥ ਵੀ ਜਿਹੜੇ ਉਸ ਦੇ ਵਿੱਚ ਸਾਰੇ ਜਾਣੇ ਦੇ ਰਹੇ ਨੇ। ਅਤੇ ਨਾਲ ਹੀ ਜਿਹੜਾ ਕੱਲ੍ਹ ਦਾ ਜਿਹੜਾ ਟਾਊਨ ਹਾਲ ਮੀਟਿੰਗ ਵੀ ਜਿਹੜੀ ਆ ਉੱਥੇ ਹੋਈ ਸੀ, ਸੋ ਉਹ ਫੇਸਬੁੱਕ ਦੇ ਉੱਤੇ ਵੀ ਜਿਹੜੀ ਆਪਾਂ ਉਹ ਸ਼ੇਅਰ ਕੀਤੀ ਸੀ, ਜਿੱਦਾਂ ਉੱਥੋਂ ਜਿਹੜੀ ਉਹ ਦਿਖਾਈ ਜਾ ਰਹੀ ਸੀਗੀ ਜੋ ਉੱਥੇ ਹੋ ਰਿਹਾ ਸੀਗਾ। ਸੋ ਕਾਫੀ ਲੋਕ ਉੱਥੇ ਪਹੁੰਚੇ ਵੀ ਸੀ, ਸੋ ਸਾਰਿਆਂ ਦੇ ਪਹੁੰਚਣ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਸੋ ਆਉਣ ਵਾਲੇ ਸਮਿਆਂ ਦੇ ਵਿੱਚ ਜੇ ਕੋਈ ਹੋਰ ਵੀ ਇੱਦਾਂ ਦੀਆਂ ਟਾਊਨ ਹਾਲਸ ਹੁੰਦੀਆਂ ਨੇ ਤਾਂ ਜ਼ਰੂਰ ਆਪਣੇ ਜਿਹੜੇ ਅਸੀਂ ਕਮਿਊਨਿਟੀ ਦੇ ਬੰਦਿਆਂ ਨੂੰ ਬੇਨਤੀ ਕਰਦੇ ਹਾਂ ਸਾਰਿਆਂ ਨੂੰ ਵੀ ਜ਼ਰੂਰ ਵੱਧ ਚੜ੍ਹ ਕੇ ਹਿੱਸਾ ਜਿਹੜਾ ਇਸ ਦੇ ਵਿੱਚ ਲਓ। ਅਤੇ ਹਰਜੋਤ ਸਿੰਘ ਜੀ, ਹੋ ਸਕਦਾ ਕਈਆਂ ਨੇ ਕੱਲ੍ਹ ਜਿਹੜੀ ਉਹ ਸ਼ਾਮ ਵਾਲੀ ਜਿਹੜੀ ਖਬਰ ਪਤਾ ਨਹੀਂ ਸੁਣੀ ਆ ਜਾਂ ਮਿਸ ਕਰ ਗਏ ਹੋਣ, ਇੱਕ ਦੀ ਜ਼ਰੂਰ ਜਾਂਦੇ ਜਾਂਦੇ ਆਪਾਂ ਜ਼ਰੂਰ ਦੱਸਣਾ ਚਾਹੁੰਦੇ ਹਾਂ ਵੀ ਜਿਹੜਾ ਬਿੱਲ ਸੀਗਾ AB 3179 ਜਿਸ ਦੇ ਵਿੱਚ ਜਿਹੜੀ 5% ਤੋਂ ਘਟਾ ਕੇ 3% ਤੱਕ ਜਿਹੜੀ ਉਹਨਾਂ ਨੇ ਕਰਨੀ ਸੀਗੀ, ਵੀ ਜਿੱਥੇ ਪਾਪੂਲੇਸ਼ਨ 3% ਤੋਂ ਵੱਧ ਹੋਵੇ, ਵੀ ਜਿੱਥੇ ਹੋਰ ਗੈਰ ਅੰਗਰੇਜ਼ੀ ਬੋਲਣ ਵਾਲੇ ਜਿਹੜੇ ਲੋਕ ਹੋਣ ਤਾਂ ਉਹ ਭਾਸ਼ਾ ਵਾਲਾ ਜਿਹੜਾ ਬੰਦਾ ਆ ਉਹਨਾਂ ਕਾਉਂਟੀਜ਼ ਦੀਆਂ ਜਿਹੜੇ ਸਰਕਾਰੀ ਦਫ਼ਤਰਾਂ ਦੇ ਵਿੱਚ ਉਹ ਹੋਣਾ ਚਾਹੀਦਾ ਆ। ਸੋ ਇਹ ਬਿੱਲ ਸੈਨੇਟ ਅਪਰੋਪਰੀਏਸ਼ਨ ਕਮੇਟੀ ਦੇ ਵਿੱਚੋਂ ਜਿਹੜਾ ਉਹ ਪਾਸ ਹੋ ਚੁੱਕਾ ਆ, ਉਹਨਾਂ ਨੇ 7 ਜਿਹੜੇ ਜੀਰੋ ਦੇ ਮੁਕਾਬਲੇ ਯੂਨੈਨਮਸਲੀ ਸਾਰੇ ਦੇ ਸਾਰੇ ਕਮੇਟੀ ਮੈਂਬਰਸ ਨੇ ਇਸ ਦੇ ਹੱਕ ਦੇ ਵਿੱਚ ਜਿਹੜੀ ਆ ਉਹ ਵੋਟ ਉਹ ਪਾਈ ਆ। ਸੋ ਸਾਰਿਆਂ ਦਾ ਹੀ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਜਿਨ੍ਹਾਂ ਨੇ ਕਾਲਾਂ ਕਰਕੇ ਇਸ ਬਿੱਲ ਦੀ ਜਿਹੜੀ ਆ ਸਪੋਰਟ ਕੀਤੀ ਆ। ਸੋ ਕੱਲ੍ਹ ਜਦੋਂ ਆਪਾਂ ਅਸੈਂਬਲੀਮੈਨ ਰੂਡੀ ਸੈਲਸਨ ਦੇ ਨਾਲ ਸ਼ਾਮ ਨੂੰ ਗੱਲ ਕਰ ਰਹੇ ਸੀ ਤਾਂ ਉਹਨਾਂ ਨੇ ਦੱਸਿਆ ਸੀ ਹੁਣ ਇਸ ਤੋਂ ਬਾਅਦ ਸੈਨੇਟ ਫਲੋਰ 'ਤੇ ਜਾਣਾ ਆ, ਫਿਰ ਅਸੈਂਬਲੀ ਫਲੋਰ 'ਤੇ ਜਾਣਾ ਆ, ਅਤੇ ਜੇ ਇਹਨਾਂ ਦੋਨਾਂ ਥਾਵਾਂ ਦੇ ਵਿੱਚ ਕਹਿੰਦੇ ਪਾਸ ਹੋਣ ਦੇ ਪੂਰੇ ਉਮੀਦ ਆ, ਕੋਈ ਚਾਂਸ ਲੱਗਦੇ ਨਹੀਂ ਆ ਵੀ ਕੋਈ ਰੁਕੇ, ਪਰ ਗਵਰਨਰ ਦੇ ਕੋਲੋਂ ਸਾਈਨ ਕਰਾਉਣ ਦੇ ਵਿੱਚ ਉੱਥੇ ਜਿਹੜਾ ਡੈਫੀਨੇਟਲੀ ਇੱਕ ਮੁਸ਼ੱਕਤ ਵਾਲਾ ਕੰਮ ਹੋਊਗਾ ਅਤੇ ਉਹ ਕੰਮ ਦੇ ਵਿੱਚ ਫਿਰ ਸਾਰਿਆਂ ਦੀ ਜਿਹੜੀ ਆ ਉਹ ਸਾਥ ਦੀ ਜ਼ਰੂਰਤ ਹੋਊਗੀ। ਸੋ ਇੱਕ ਵੱਡੀ ਜਿਹੜਾ ਕਹਿ ਲਓ ਵੀ ਅੜਚਨ ਆ ਉਸ ਦੇ ਵਿੱਚੋਂ ਇਹ ਪਾਰ ਹੋ ਚੁੱਕਾ ਹੈ ਬਿੱਲ, ਅਤੇ ਹੁਣ ਸੈਨੇਟ ਫਲੋਰ ਅਤੇ ਅਸੈਂਬਲੀ ਫਲੋਰ ਦੇ ਵਿੱਚ ਪਾਸ ਹੋਣ ਦੇ ਖਾਸੀ ਜਿਹੜੀ ਆ ਉਮੀਦ ਹੈਗੀ ਆ। ਸੋ ਹੋਪਫੁਲੀ ਉੱਧਰੋਂ ਵੀ ਜਿਹੜਾ ਜਲਦੀ ਜਲਦੀ ਉਹ ਪਾਸ ਹੋਵੇ ਅਤੇ ਫਿਰ ਉਸ ਤੋਂ ਬਾਅਦ ਗਵਰਨਰ ਦੇ ਜਾਊਗਾ, ਉਦੋਂ ਫਿਰ ਆਪਾਂ ਦੱਸਾਂਗੇ। ਕਹਿੰਦੇ ਗਵਰਨਰ 'ਤੇ ਜ਼ਿਆਦਾ ਜ਼ੋਰ ਲਾਉਣਾ ਪੈਣਾ ਆ ਜੀ, ਅਤੇ ਗਵਰਨਰ ਸਾਹਿਬ ਜੇ ਸਾਈਨ ਕਰ ਦਿੰਦੇ ਆ ਜੈਰੀ ਬਰਾਊਨ, ਅਤੇ ਫਿਰ ਬਹੁਤ ਸਾਰੇ ਜਿਹੜੇ ਆਪਣੇ ਪੰਜਾਬੀ ਆ ਉਹਨਾਂ ਨੂੰ ਜਿੱਥੇ ਵੀ 3% ਤੋਂ ਵੱਧ ਪੰਜਾਬੀ ਰਹਿੰਦੇ ਜਿਨ੍ਹਾਂ ਸ਼ਹਿਰਾਂ ਦੇ ਵਿੱਚ ਕਾਉਂਟੀਜ਼ 'ਚ, ਉੱਥੇ ਤੁਹਾਨੂੰ ਜਿੰਨੇ ਵੀ ਗਵਰਨਮੈਂਟ ਦੇ ਆਫਿਸਿਸ ਹੈਗੇ ਆ ਉੱਥੇ ਪੰਜਾਬੀ ਭਾਸ਼ਾ ਦੇ ਵਿੱਚ ਪੇਪਰ ਵਰਕ ਮਿਲੂਗਾ, ਤੁਹਾਨੂੰ ਬੰਦੇ ਵੀ ਮਿਲੂਗੇ, ਟਰਾਂਸਲੇਸ਼ਨ ਵੀ ਮਿਲੂਗੀ। ਸੋ ਜਿਹੜੇ ਬੇਕਰਫੀਲਡ ਏਰੀਆ 'ਚ ਰਾਜਗਨਵੀਰ ਸਿੰਘ ਜੀ ਸਾਡੇ ਸਰੋਤੇ ਰਹਿੰਦੇ ਆ, ਪਲੀਜ਼ ਅਸੀਂ ਬੇਨਤੀ ਕਰਦੇ ਹਾਂ ਜਿਹੜੇ ਰੂੜੀ ਸੈਲਸ ਆ ਤੁਹਾਡੇ ਏਰੀਏ ਦੇ ਅਸੈਂਬਲੀ ਮੈਨ, ਇੱਥੇ ਅਸੈਂਬਲੀ ਮੈਨ ਕਹਿੰਦੇ ਆ ਵੀ ਆਪਣੇ ਪੰਜਾਬ 'ਚ MLA ਕਹਿ ਦਿੰਦੇ ਆ, ਸੋ ਉਹਨਾਂ ਦੇ ਆਫਿਸ ਜ਼ਰੂਰ ਕਾਲ ਕਰਕੇ ਉਹਨਾਂ ਦਾ ਧੰਨਵਾਦ ਕਰਿਓ। ਜੇ ਕਿਸੇ ਨੇ ਉਹਨਾਂ ਦੇ ਆਫਿਸ ਵਿਜਿਟ ਵੀ ਕਰਨਾ ਹੋਇਆ ਤਾਂ ਉਹ 1430 ਟਰਕਸਟਨ ਐਵਨਿਊ ਸਵੀਟ ਨੰਬਰ 803 ਬੇਕਰਸਫੀਲਡ ਦੇ ਵਿੱਚ ਹੈਗਾ ਆ। ਟੈਲੀਫੋਨ ਉਹਨਾਂ ਦੇ ਆਫਿਸ ਦਾ 661
335-0302 ਆ। ਸੋ ਸਾਡਾ ਧੰਨਵਾਦ ਕਰਨ ਦਾ ਵੀ ਫਰਜ਼ ਬਣਦਾ ਹੈਗਾ ਵੀ ਦੇਖੋ ਹੋਰ ਕਮਿਊਨਿਟੀ ਦਾ ਬੰਦਾ ਸਪੈਨਿਸ਼ ਮੂਲ ਦਾ ਬੰਦਾ ਉਹ ਤੁਹਾਡੇ ਲਈ ਖੜਿਆ ਹੈਗਾ ਆ, ਈਵਨ ਦੋ ਆਪਾਂ ਸਾਰੇ ਅਮੈਰੀਕਨ ਹੀ ਹਾਂ ਪਰ ਉਹਦੇ ਉਹਦੇ ਮਾਇੰਡ ਦੇ ਵਿੱਚ ਉਹਦੇ ਦਿਲ ਦੇ ਵਿੱਚ ਦਰਦ ਹੈਗਾ ਹੋਰ ਭਾਸ਼ਾਵਾਂ ਦਾ ਵੀ, ਵੀ ਹੋਰ ਭਾਸ਼ਾ ਵੀ ਜਿਹੜੀਆਂ ਆ ਇੱਥੇ ਹੋਣੀਆਂ ਚਾਹੀਦੀਆਂ ਕਿਉਂਕਿ ਪਤਾ ਹੀ ਆ ਅਮੈਰੀਕਾ ਦੇ ਵਿੱਚ ਲਗਭਗ ਹਰ ਸਟੇਟ ਸਪੈਨਿਸ਼ ਤਾਂ ਹੈਗੀ ਹੈਗੀ ਆ, ਤੇ ਪੰਜਾਬੀ ਵੀ ਹੁਣ ਜਿਹੜੀ ਆ ਕੈਲੀਫੋਰਨੀਆ 'ਚ ਪੂਰੇ ਆਪਣੇ ਝੰਡੇ ਚੱਕੇਗੀ, ਅਤੇ ਸਾਨੂੰ ਫੋਲੋ ਕਰਦੇ ਹੋਏ ਸਾਡੇ ਜਿਹੜੇ ਹੋਰ ਭੈਣ ਭਰਾ ਆ ਉਹਨਾਂ ਸਟੇਟਾਂ ਦੇ ਵਿੱਚ ਵੀ ਜਿੱਥੇ ਵੱਡੀ ਗਿਣਤੀ 'ਚ ਰਹਿੰਦੇ ਆ ਇਸ ਤਰ੍ਹਾਂ ਹੀ ਫੋਲੋ ਕਰਨਗੇ ਆਪਣੀਆਂ ਸਟੇਟਾਂ ਦੇ ਵਿੱਚ ਜਿਹੜੇ ਆ ਲੋਅ ਬਣਾਉਣਗੇ ਤਾਂ ਕਿ ਜਿਹੜੀ ਪੰਜਾਬੀ ਆ ਇਹਨੂੰ ਉਚਾਈਆਂ ਵੱਲ ਲਿਜਾਇਆ ਜਾ ਸਕੇ। ਜੀ ਬਿਲਕੁਲ ਬਿਲਕੁਲ, ਅਤੇ ਹਰਜੋਤ ਸਿੰਘ ਜੀ ਸਮਾਂ ਵੀ ਆਪਣੇ ਅੱਜ ਦੇ ਪ੍ਰੋਗਰਾਮ ਦਾ ਜਿਹੜਾ ਸਮਾਪਤੀ ਵੱਲ ਜਾਂਦੇ ਜਾਂਦੇ ਇੱਕ ਹੋਰ ਜਿਹੜੀ ਖਬਰ ਜਿਹੜੀ ਆਪਾਂ ਜ਼ਰੂਰ ਸਾਂਝੀ ਕਰਨਾ ਚਾਹੁੰਦੇ ਹਾਂ ਜੀ, ਇੱਕ ਨਿਊ ਜਰਸੀ ਬਿਜ਼ਨਸ ਦਾ ਜਿਹੜਾ ਡੈਲੀ ਨਿਊ ਜਰਸੀ ਦੇ ਵਿੱਚ ਇੱਕ ਡੈਲੀ ਓਨਰ ਜਿਹੜਾ ਆਪਣਾ ਪੰਜਾਬੀ ਭਰਾ ਆ ਉਹਨੂੰ ਕਿਸੇ ਨੇ ਚਾਕੂ ਮਾਰ ਕੇ ਜਿਹੜਾ ਮਾਰ ਦਿੱਤਾ, ਬਹੁਤ ਹੀ ਮਾੜੀ ਖਬਰ ਆ ਰਹੀ ਆ। ਨਿਊ ਜਰਸੀ ਦੇ ਵਿੱਚ ਸਰੋਤਿਆਂ ਨੂੰ ਯਾਦ ਹੀ ਹੋਊਗਾ ਨਿਊ ਜਰਸੀ ਦੇ ਜਿਹੜੇ ਅਟੋਰਨੀ ਜਨਰਲ ਆ ਉਹ ਆਪਣੇ ਪੰਜਾਬੀ ਭਰਾ ਹੀ ਆ ਗਰੇਵਾਲ ਸਾਹਿਬ, ਅਤੇ ਪਰ ਇੱਦਾਂ ਦੀਆਂ ਜਿਹੜੀਆਂ ਘਟਨਾਵਾਂ ਆ ਸਟੋਰਾਂ ਦੇ ਵਿੱਚ ਜਿਹੜੀਆਂ ਹੁੰਦੀਆਂ ਰਹਿੰਦੀਆਂ ਆ, ਬਹੁਤ ਸਾਰੇ ਜਿਹੜੇ ਆਪਣੇ ਭਰਾ ਭੈਣਾਂ ਆ ਉਹ ਪਿਛਲੇ ਕਈ ਸਾਲਾਂ ਦੇ ਵਿੱਚ ਲੁੱਟਮਾਰ ਦਾ ਜਿਹੜੇ ਸ਼ਿਕਾਰ ਹੋਏ ਹੈਗੇ ਆ, ਬੜੀ ਮਾੜੀ ਗੱਲ ਹੈਗੀ ਆ। ਕਹਿੰਦੇ ਵੀ ਇਕੱਲੇ ਹੀ ਇਹ ਜਿਹੜੇ ਆ ਤਰਲੋਕ ਸਿੰਘ ਇਸ ਡੇਲੀ ਸਟੋਰ ਜਿਹੜਾ ਆ ਉਹਨੂੰ ਚਲਾ ਰਹੇ ਸੀ, ਅਤੇ ਉਹਨਾਂ ਦੀ ਜਿਹੜੀ ਵਾਈਫ ਅਤੇ ਬੱਚੇ ਜਿਹੜੇ ਆ ਉਹ ਇੰਡੀਆ 'ਚ ਰਹਿੰਦੇ ਆ, ਉਹਨਾਂ ਨੂੰ ਪੜ੍ਹਾਉਂਦੇ ਸੀਗੇ, ਪਿਛਲੇ 6 ਸਾਲਾਂ ਤੋਂ ਇਹ ਜਿਹੜਾ ਸਟੋਰ ਚਲਾ ਰਹੇ ਸੀਗੇ ਈਸੈਕਸ ਕਾਉਂਟੀ ਦੇ ਵਿੱਚ ਜਿਹੜਾ ਇਹ ਸਟੋਰ ਹੈਗਾ ਆ। ਸਵੇਰੇ ਕਹਿੰਦੇ ਕੱਲ੍ਹ 9 ਵਜੇ ਦੇ ਕਰੀਬ ਉਹਨਾਂ ਦੇ ਪਾਰਕ ਡੇਲੀ ਨਾਮ ਦਾ ਸਟੋਰ ਆ ਜਿਹੜਾ ਨੌਰਥ ਪਾਰਕ ਸਟਰੀਟ 'ਤੇ ਬੁੱਚੜ ਐਵਨਿਊ ਈਸਟ ਔਰੇਂਜ ਦੇ ਵਿੱਚ ਆ, ਉੱਥੇ ਉਹਨਾਂ ਦੇ ਕਿਸੇ ਨੇ ਚਾਕੂ ਮਾਰ ਕੇ ਉਹਨਾਂ ਨੂੰ ਮਾਰ ਦਿੱਤਾ। ਸੋ ਲੱਗਦਾ ਗੱਲ ਇਹੀ ਆ, ਸਰਦਾਰ ਸੀ ਦਸਤਾਰਧਾਰੀ ਸੀ ਵੀ ਮੋਸਟ ਪ੍ਰੋਬਬਲੀ ਉਹ ਰੋਬਰੀ ਦੇ ਹਿਸਾਬ ਨਾਲ ਉਹਨਾਂ ਨੂੰ ਜਿਹੜਾ ਆ ਮਾਰਿਆ ਗਿਆ। ਜੀ ਜੀ, ਅਤੇ ਜਾਂਦੇ ਜਾਂਦੇ ਇੱਕ ਜਿਹੜੀ ਹੋਰ ਗੱਲ ਆਪਾਂ ਹਰਜੋਤ ਸਿੰਘ ਜੀ ਆਪਣੇ ਸਰੋਤਿਆਂ ਨਾਲ ਸ਼ੇਅਰ ਕਰਦੇ ਜਾਈਏ ਵੀ ਸਿਟੀਜ਼ਨਸ਼ਿਪ ਜਾਂ ਇਮੀਗ੍ਰੇਸ਼ਨ ਦੇ ਉੱਤੇ ਕਿੰਨਾ ਜਿਹੜੇ ਇਸ ਟਾਈਮ ਸਖਤੀ ਜਿਹੜੀ ਆ ਉਹ ਡੈਫੀਨੇਟਲੀ ਹੈਗੀ ਆ। ਆਪਾਂ ਹੁਣੇ ਪਿਛਲੇ ਦਿਨ ਜਿਹੜੇ ਪ੍ਰੋਗਰਾਮ ਦੇ ਵਿੱਚ ਹੀ ਜਿਹੜੀ ਉਦਾਹਰਨ ਵੀ ਦਿੱਤੀ ਸੀ ਹੁਣੇ ਜਿੱਦਾਂ ਕਿੱਦਾਂ ਚਿੱਠੀਆਂ ਮਿਲ ਰਹੀਆਂ ਜਿਨ੍ਹਾਂ ਨੇ ਬੌਂਡ ਭਰੇ ਸੀ, ਅਤੇ ਸੈਨ ਫਰਾਂਸਿਸਕੋ ਦਾ ਇੱਕ ਸੈਨੇਗਲ ਦਾ ਜਿਹੜਾ ਇਮੀਗ੍ਰੈਂਟ ਆ ਜੋ ਕਿ ਇਸ ਟਾਈਮ US ਸਿਟੀਜ਼ਨ ਵੀ ਸੀਗਾ, ਉਸ ਬਹੁਤ ਹੀ ਘੱਟ ਰੇਅਰ ਚਾਂਸਿਸ ਦੇ ਵਿੱਚ ਜਿਹੜਾ ਦੇਖਿਆ ਗਿਆ ਵੀ ਜਿਹੜੇ ਇੱਥੋਂ ਦੇ ਅਟਰਨੀ ਹੈਗੇ ਨੇ ਸਰਕਾਰੀ ਜਿਹੜੇ ਅਟਰਨੀ ਆ ਉਹਨਾਂ ਨੇ ਉਸਦੀ ਸਿਟੀਜ਼ਨਸ਼ਿਪ ਇਨਵੋਕ ਕਰਨ ਦੇ ਲਈ ਅਦਾਲਤ ਦਾ ਸਹਾਰਾ ਜਿਹੜਾ ਉਹ ਹੁਣ ਉਹ ਲੈ ਰਹੇ ਨੇ। ਸੋ ਇਹ ਬਹੁਤ ਘੱਟ ਹਰਜੋਤ ਸਿੰਘ ਜੀ ਇੱਦਾਂ ਜਿਹੜਾ ਸੁਣਨ ਨੂੰ ਜਿਹੜਾ ਮਿਲਦਾ ਆ, ਰੀਜ਼ਨ ਕਹਿੰਦਾ ਉਸਦੇ ਪਿੱਛੇ ਇਹੀ ਦੱਸਿਆ ਜਾ ਰਿਹਾ ਸੀਗਾ ਵੀ ਵਿੱਚ ਜੇ ਉਹਦਾ ਪੇਪਰ ਵਰਕ ਜਿਹੜਾ ਕਹਿ ਲਓ ਵੀ ਜਾਂ ਆਊਟ ਆਫ ਸਟੇਟਸ ਜਿਹੜਾ ਆ ਉਹ ਬੰਦਾ ਹੋ ਗਿਆ ਸੀ, ਪੇਪਰ ਵਰਕ ਦੇ ਵਿੱਚ ਜਿਹੜੀਆਂ ਡੇਟਸ ਆ ਉਹ ਵਿੱਚ ਕਿਤੇ ਉੱਦਾਂ ਦੀਆਂ ਸੀਗੀਆਂ ਜਦੋਂ ਉਸਦਾ ਕੋਈ ਸਟੇਟਸ ਨਹੀਂ ਸੀਗਾ। ਸੋ ਬਹੁਤ ਜ਼ਿਆਦਾ ਜਿਹੜੀ ਹਰਜੋਤ ਸਿੰਘ ਦੀ ਜਿਹੜੀ ਸਖਤੀ ਆ ਉਹ ਇਸ ਟਾਈਮ ਇਹਨਾਂ ਚੀਜ਼ਾਂ ਦੇ ਪ੍ਰਤੀ ਜਿਹੜੀ ਆ ਉਹ ਦੇਖੀ ਜਿਹੜੀ ਉਹ ਜਾ ਰਹੀ ਹੈਗੀ ਆ। ਅਗਲੀ ਖਬਰ ਵੱਲ ਚੱਲੀਏ। ਰਾਜਕਨਵੀਰ ਸਿੰਘ ਜੀ, ਸਰੋਤਿਆਂ ਨੂੰ ਯਾਦ ਹੋਊਗਾ ਬੇ ਏਰੀਏ ਦਾ ਇੱਕ ਬਹੁਤ ਹੀ ਮਿਲੀਨੀਅਰ ਪੰਜਾਬੀ ਜਿਹੜਾ ਹੈਗਾ ਗੁਰਬਖਸ਼ ਸਿੰਘ ਚਾਹਲ, ਕਹਿੰਦੇ ਵੀ ਉਹਨਾਂ ਨੂੰ ਹੁਣ ਜਿਹੜੀ ਆ ਜੇਲ੍ਹ ਟਰਮ ਹੋ ਜਾਊਗੀ। ਸਰੋਤਿਆਂ ਨੂੰ ਯਾਦ ਹੋਊਗਾ ਪਿਛਲੇ ਸਾਲ ਆਪਾਂ ਇਹ ਖਬਰ ਸਾਂਝੀ ਵੀ ਕੀਤੀ ਸੀ ਵੀ ਉਸਨੇ ਕਿਸ ਤਰ੍ਹਾਂ ਇੱਕ ਉਹਦੀ ਜਿਹੜੀ ਫਰੈਂਡ ਸੀ ਉਹਨੂੰ ਕੁੱਟਿਆ ਮਾਰਿਆ ਸੀ, ਉਹ ਤੋਂ ਬਾਅਦ ਉਹ ਪ੍ਰੋਵੇਸ਼ਨ 'ਤੇ ਸੀ, ਪ੍ਰੋਵੇਸ਼ਨ ਤੋਂ ਬਾਅਦ ਫਿਰ ਉਹਨੇ ਇੱਕ ਵਾਰੀ ਕੁੱਟਿਆ ਮਾਰਿਆ ਇੱਕ ਹੋਰ ਫਰੈਂਡ ਨੂੰ, ਅਤੇ ਉਹ ਤੋਂ ਬਾਅਦ ਜਿਹੜਾ ਆ ਉਹਦਾ ਕੇਸ ਚੱਲਿਆ ਸੀ, ਅਤੇ ਇਸ ਟਾਈਮ ਉਹ $2.5 ਲੱਖ ਦੀ ਬੇਲ ਦੇ ਉੱਤੇ ਸੀਗਾ, ਅਤੇ ਹੁਣ ਉਸਨੇ ਜਿਹੜੀ ਆਪਣੀ ਅਪੀਲ ਆ ਉਹ ਕੈਲੀਫੋਰਨੀਆ ਦੀ ਸੁਪਰੀਮ ਕੋਰਟ ਦੇ ਵਿੱਚ ਕੀਤੀ ਹੋ ਸੀ, ਅਤੇ ਕੈਲੀਫੋਰਨੀਆ ਦੀ ਸੁਪਰੀਮ ਕੋਰਟ ਨੇ ਜਿਹੜੀ ਆ ਉਹਦੀ ਅਪੀਲ ਸੁਣਨ ਤੋਂ ਨਾ ਕਰਤੀ। ਉਹ ਕਹਿੰਦੇ ਵੀ ਜਿਹੜੀ ਲੋਅਰ ਕੋਰਟ ਦਾ ਡਿਸੀਜਨ ਹੈਗਾ ਆ ਉਹ ਜਿਹੜਾ ਉਸਨੇ ਆਪਣੀ ਪ੍ਰੋਵੇਸ਼ਨ ਨੂੰ ਵਾਇਲੇਟ ਕੀਤਾ ਅਤੇ ਡੋਮੈਸਟਿਕ ਵਾਇਲੈਂਸ ਕੀਤੀ ਆ ਉਹਦੇ ਨਾਲ ਉਹਨੂੰ ਜਿਹੜੀ ਸਜ਼ਾ ਹੋਊਗੀ। ਸੋ ਹੁਣ ਲੱਗਦਾ ਕਹਿੰਦੇ ਵੀ ਜਿਹੜੇ ਗੁਰਬਖਸ਼ ਸਿੰਘ ਚਾਹਲ ਆ ਉਹਨਾਂ ਨੂੰ ਜਿਹੜੀ ਜੇਲ੍ਹ ਆ ਹੋ ਜਾਊਗੀ, ਅਤੇ ਉਹਨਾਂ ਨੂੰ ਸੈਨ ਫਰਾਂਸਿਸਕੋ ਦੀ ਕਾਉਂਟੀ ਜੇਲ੍ਹ ਆ ਉਹਦੇ ਵਿੱਚ ਭੇਜਿਆ ਜਾ ਸਕਦਾ ਆ। ਇਹ ਸਰੋਤਿਆਂ ਨੂੰ ਦੱਸਦੇ ਜਾਈਏ ਵੀ ਸਭ ਤੋਂ ਪਹਿਲੀ ਕੰਪਨੀ ਕਹਿੰਦੇ ਵੀ ਉਹਨਾਂ ਨੇ ਜਿਹੜੀ $40 ਮਿਲੀਅਨ ਦੀ ਵੇਚੀ ਸੀ, ਅਤੇ ਉਹ ਤੋਂ ਬਾਅਦ ਦੂਜੀ ਕੰਪਨੀ ਜਿਹੜੀ ਆ $300 ਮਿਲੀਅਨ ਦੀ ਜਿਹੜੀ ਉਹਨਾਂ ਨੇ ਵੇਚੀ ਸੀ। ਜੀ ਜੀ, ਹੋਰ ਵੀ ਬਹੁਤ ਸਾਰੇ ਜਿਹੜੇ ਆ ਇਹ ਵੱਖ ਵੱਖ
ਜਿਹੜੇ ਟੀਵੀ ਸ਼ੋਜ਼ ਦੇ ਉੱਤੇ ਵੀ ਜਿਹੜਾ ਇਹ ਆਉਂਦਾ ਰਿਹਾ ਆ। 35 ਸਾਲ ਇਸ ਦੀ ਮਹਿਜ ਉਮਰ ਹੈਗੀ ਆ ਅਤੇ ਹਮੇਸ਼ਾ ਹੀ ਇਹਦੇ ਜਿਹੜੇ ਕਿਤੇ ਨਾ ਕਿਤੇ ਜਿਹੜੀ ਆਪਣੀਆਂ ਇਹਦੀਆਂ ਗਰਲਫ੍ਰੈਂਡਸ ਜਾਂ ਸਹੇਲੀਆਂ ਦੇ ਨਾਲ ਇੱਦਾਂ ਦੇ ਕੁੱਟਮਾਰ ਵਾਲੇ ਜਿਹੜੇ ਕੰਮ ਆ ਉਹ ਜਿਹੜੇ ਉਹ ਸਾਹਮਣੇ ਆਏ ਸੀਗੇ। ਸੋ ਕਾਫੀ ਜਿਹੜਾ ਉਸਦਾ ਵਿਵਾਦ ਜਿਹੜਾ ਬਣਿਆ ਸੀ ਅਤੇ ਕਹਿੰਦੇ ਵੀ ਸਾਰੀਆਂ ਅਪੀਲਸ ਜਿਹੜੀਆਂ ਹੁਣ ਇਹਦੀਆਂ ਆ ਐਗਜ਼ੌਸਟ ਜਿਹੜੀਆਂ ਹੋ ਚੁੱਕੀਆਂ ਨੇ। ਜੀ ਬਿਲਕੁਲ। ਅਤੇ ਜਿਹੜੇ ਅਟਰਨੀ ਹੈਗੇ ਨੇ ਡਿਸਟ੍ਰਿਕਟ ਅਟਰਨੀ ਆਫਿਸ ਦੇ ਮੈਕਸ ਸਜ਼ਾਬੋ ਉਹਨਾਂ ਨੇ ਕਿਹਾ ਆ ਵੀ ਹੁਣ ਮਿਸਟਰ ਚਾਹਲ ਨੂੰ ਜਿਹੜਾ ਸੈਨ ਫਰਾਂਸਿਸਕੋ ਵਾਪਸ ਆਉਣਾ ਚਾਹੀਦਾ ਆ ਅਤੇ ਜੋ ਉਹਨੇ ਕਾਰੇ ਕੀਤੇ ਆ ਹੁਣ ਉਸਦਾ ਫਲ ਭੁਗਤਣ ਦੇ ਲਈ ਵੀ ਉਹ ਤਿਆਰ ਰਹੇ ਜੀ। ਅਤੇ ਹਰਜੋਤ ਸਿੰਘ ਜੀ ਸਮਾਂ ਆਪਣੇ ਅੱਜ ਦੇ ਪ੍ਰੋਗਰਾਮ ਦਾ ਸਮਾਪਤ ਆ। ਮਿਲਾਂਗੇ ਆਪਾਂ ਆਪਣੇ ਸਾਰੇ ਸਰੋਤਿਆਂ ਨੂੰ ਅਗਲੀ ਵਾਰ। ਉਦੋਂ ਤੱਕ ਲਈ ਮੈਨੂੰ ਰਾਜਕਨਵੀਰ ਸਿੰਘ ਮੈਨੂੰ ਹਰਜੋਤ ਸਿੰਘ ਖਾਲਸਾ ਨੂੰ ਇਜਾਜ਼ਤ ਦਿਓ। ਸਾਡੇ ਦੋਨਾਂ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਜਿਹਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। ਸਾਰੇ ਪੰਜਾਬੀਆਂ ਦੇ ਦਿਲਾਂ ਦੀ ਧੜਕਣ, ਤੁਹਾਡਾ ਆਪਣਾ ਪੰਜਾਬੀ ਰੇਡੀਓ USA ਧੜਕਦੇ ਦਿਲਾਂ ਦੇ ਨਾਲ ਨਾਲ।